ਚੁੱਕਣਾ ਨਹੀਂ ਹੈਗਾ ਮੈਂ ਛੱਡ ਕੇ ਚਲੇ ਜਾਂਦਾ ਸਾਰਾ ਕੁਛ ਜਿੱਥੇ ਮੈਨੂੰ ਲੱਗਦਾ ਇੱਥੇ ਮੈਂ ਸੈਟਿੰਗ ਨਹੀਂ ਨਾ ਛੱਡ ਦਿੰਦਾ ਯਾਰ ਬਿਲਕੁਲ ਰਿਕਾਰਡ ਕਰਨ ਲਈ ਕਮਰਸ਼ੀਅਲ ਗਾਣੇ ਚਾਹੀਦੇ ਤਾਂ ਫਿਰ ਮੈਂ ਕਮਰਸ਼ੀਅਲ ਹੋ ਗਿਆ ਸੰਸਕਾਰ ਸੰਸਕਾਰ ਹੋਰ ਚੀਜ਼ ਹੈ ਸੱਭਿਆਚਾਰ ਉਹ ਇਹ ਇੱਕ ਬਦਲਾਓ ਹੈ ਸੱਭਿਆਚਾਰ ਇੱਕ ਬਦਲਾਓ ਦਾ ਨਾਂ ਹੈ ਬਦਲਦਾ ਹੀ ਰਹਿਣਾ ਜਿਹੜੇ ਭਾਈ ਸੱਭਿਆਚਾਰ ਦਾ ਜ਼ਿਆਦਾ ਰੌਲਾ ਪਾਉਂਦੇ ਆ ਉਹਨਾਂ 'ਚੋਂ ਇੱਕ ਬੰਦਾ ਬਾਂਹ ਖੜੀ ਕਰਕੇ ਮੈਨੂੰ ਕਹੇ ਵੀ ਦੀਪ ਸਿੱਧੂ ਨੂੰ ਸੱਦ ਕੇ ਜਾਂ ਮੈਨੂੰ ਸੱਦ ਕੇ ਕਿਸੇ ਨੇ 1100 ਰੁਪਇਆ ਦੇ ਕੇ ਨਾਲ ਜੇ ਲੋਈ ਨਾਲ ਵੀ ਸਨਮਾਨ ਕਰਕੇ ਤੋਰਿਆ ਹੋਵੇ ਮੈਂ ਦੇਣਦਾਰ ਬੈਠਾ ਮੈਂ ਕਮਰਸ਼ੀਅਲ ਹਾਂ ਅੱਜ ਦੀ ਡੇਟ ਮੈਂ ਫੁੱਲ ਕਮਰਸ਼ੀਅਲ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਗਾਣੇ ਆਉਣਗੇ ਹੋ ਸਕਦਾ ਲੋਕ ਮੇਰੇ 'ਤੇ ਵੀ ਉਂਗਲਾਂ ਦੇਖਣ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਜੋ ਲਿਖਦਾ ਜੋ ਬੋਲਦਾ ਹਰੇਕ ਚੀਜ਼ ਲਈ ਜਵਾਬ ਦੇ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਿੱਟੂ ਚੱਕ ਵਾਲਾ ਅੱਜ ਦੇ ਪ੍ਰੋਗਰਾਮ ਰੰਗ ਪੰਜਾਬ ਦੇ ਵਿੱਚ ਅਸੀਂ newsnumber.com 'ਤੇ ਪੰਜਾਬ ਦਾ ਇੱਕ ਉੱਘਾ ਗੀਤਕਾਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹੋਏ ਹਾਂ ਦੋਸਤੋ 2006 ਦੀ ਗੱਲ ਕਰੀਏ ਤਾਂ ਇਸ ਗੀਤਕਾਰ ਨੇ ਜਿਹੜਾ ਤੁਹਾਡੀ ਝੋਲੀ ਦੇ ਵਿੱਚ ਆਪਣਾ ਪਹਿਲਾ ਗਾਣਾ ਪਾਇਆ ਸੀ ਗਾਣੇ ਤਾਂ ਬੇਸ਼ੱਕ ਹਰ ਇਨਸਾਨ ਜਿਹੜਾ ਗੀਤਕਾਰ ਜਦੋਂ ਗੀਤਕਾਰੀ ਦੇ ਵਿੱਚ ਆਉਂਦਾ ਹੈ ਤਾਂ ਉਹ ਮੁੱਢ ਤੋਂ ਹੀ ਅਕਸਰ ਗੱਲ ਕਰਦੇ ਹੁੰਦੇ ਆ ਕਿ ਅਸੀਂ ਲਿਖਦੇ ਆਉਂਦੇ ਹਾਂ ਪਰ ਆਪਾਂ ਉਦੋਂ ਮਕਬੂਲੀਅਤ ਸਮਝਦੇ ਹਾਂ ਜਦੋਂ ਦਰਸ਼ਕਾਂ ਦੀ ਝੋਲੀ ਦੇ ਵਿੱਚ ਕੋਈ ਗਾਣਾ ਰਿਕਾਰਡ ਹੋ ਕੇ ਪੈ ਜੇ ਜੀ ਹਾਂ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਸਿੱਧੂ ਸਰਬਜੀਤ ਚੂੜਚੱਕ ਦੀ ਸਿੱਧੂ ਸਰਬਜੀਤ ਪੰਜਾਬੀ ਸੰਗੀਤ ਇੰਡਸਟਰੀ ਦੇ ਵਿੱਚ ਇੱਕ ਉੱਭਰਦਾ ਨਾਂ ਹੈ ਜਿੱਥੇ ਸਿੱਧੂ ਸਰਬਜੀਤ ਨੇ ਥੋੜ੍ਹੇ ਸਮੇਂ ਦੇ ਵਿੱਚ ਆਪਣੀ ਪਹਿਚਾਣ ਬਣਾਈ ਹੈ ਉੱਥੇ ਗੁਰਕਿਰਪਾਲ ਸੂਰਾਪੁਰੀ ਅਤੇ ਰਾਜੇ ਬਾਠ ਵਰਗੇ ਗਾਇਕਾਂ ਨੇ ਬਾਈ ਦੇ ਗੀਤ ਗਾ ਕੇ ਉਹਨਾਂ ਨੂੰ ਉਹਨਾਂ ਦੀ ਲਿਖੀ ਹੋਈ ਕਲਮ ਦੇ ਜਿਹੜੇ ਸ਼ਬਦਾਂ ਨੂੰ ਪੰਜਾਬੀਆਂ ਦੀ ਝੋਲੀ ਦੇ ਵਿੱਚ ਪਾਇਆ ਦੋਸਤੋ ਅੱਜ ਸਿੱਧੂ ਸਰਬਜੀਤ ਹੋਰਾਂ ਦੇ ਨਾਲ newsnumber.com 'ਤੇ ਕਰਾਂਗੇ ਗੱਲਾਂ ਬਾਤਾਂ ਅਤੇ ਆਓ ਤੁਹਾਨੂੰ ਬਾਈ ਦੇ ਰੂਬਰੂ ਕਰਵਾਈਏ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ newsnumber.com 'ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ newsnumber.com ਦੀ ਟੀਮ ਨੂੰ ਵੀ ਅਤੇ ਮੇਰਾ ਛੋਟਾ ਭਰਾ ਬਿੱਟੂ ਚੱਕ ਵਾਲਾ ਜਿਹੜਾ ਅੱਜ ਮੈਨੂੰ ਇੱਥੇ ਸਪੈਸ਼ਲੀ ਇੰਟਰਵਿਊ ਕਰਨ ਆਇਆ ਤੁਹਾਡਾ ਪੁਰਾਣਾ ਮਿੱਤਰ ਵੀ ਹੈ ਸੋ ਮੇਰੇ ਵੱਲੋਂ ਜਾਣੀ ਕਿ ਸਿੱਧੂ ਸਰਬਜੀਤ ਵੱਲੋਂ ਸਾਰੀ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਅਤੇ ਮੈਨੂੰ ਚਾਹੁਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਵੀ ਹੈ newsnumber.com ਦੀ ਟੀਮ ਦਾ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਮਿਹਰਬਾਨੀ ਬਾਈ ਸਾਡਾ ਜਿਹੜਾ ਉਹ ਇੱਕ ਫਰਜ਼ ਹੈ ਤੁਹਾਡੇ ਵਰਗੇ ਕਲਾਕਾਰਾਂ ਨੂੰ ਜਿਹੜਾ ਤੁਸੀਂ ਜੁੜੇ ਹੋਏ ਹੋ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਲੱਗੇ ਹੋਏ ਹੋ ਤੁਹਾਨੂੰ ਉਹ ਜਿਹੜਾ ਦਰਸ਼ਕਾਂ ਦੇ ਰੂਬਰੂ ਕਰਾਉਣ ਦਾ ਸਮੇਂ ਸਮੇਂ 'ਤੇ ਸਾਡਾ ਵੀ ਜਿਹੜਾ newsnumber.com ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਬਾਈ ਜੀ ਆਪਾਂ ਅੱਜ ਤੁਹਾਡੀ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰਾਂਗੇ ਕਬੱਡੀ ਪਲੇਅਰ ਹੋਣ ਦੇ ਨਾਲ ਨਾਲ ਤੁਸੀਂ ਕਿਵੇਂ ਇੱਕ ਪਾਸੇ ਧਾਕੜ ਖੇਡ ਕਬੱਡੀ ਅਤੇ ਦੂਸਰੇ ਪਾਸੇ ਜਿਹੜੀ ਹਰਫਾਂ ਦੀ ਖੇਡ ਹੈ ਨਾ ਉਹ ਜਿਹੜੀ ਲਫਜ਼ਾਂ ਦੀ ਖੇਡ ਹੈ ਉਹ ਗੀਤਕਾਰੀ ਹੈ ਗੀਤਕਾਰੀ ਵੱਲ ਕਿਵੇਂ ਆਏ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਤੁਹਾਡੇ ਨਾਲ ਕਰਾਂਗੇ ਬਈ ਇਹ ਸ਼ੌਂਕ ਹੈ ਜਿਹੜਾ ਉਹ ਕਿਵੇਂ ਪਿਆ ਸਭ ਤੋਂ ਪਹਿਲਾਂ ਜਿਹੜਾ ਇਹੀ ਆਪਾਂ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ ਮੈਨੂੰ ਸ਼ੌਂਕ ਮੇਰੇ ਮਾਮਾ ਜੀ ਰਹਿੰਦੇ ਸੀ ਮੇਰੇ ਕੋਲ ਜੀ ਉਹਨਾਂ ਨੂੰ ਲਿਖਣ ਦਾ ਸ਼ੌਂਕ ਸੀ ਉਹ ਕਵਿਤਾ ਲਿਖਦੇ ਸੀ ਨਾ ਜੀ ਜੀ ਅਤੇ ਮੇਰੇ ਡੈਡੀ ਜੀ ਐਕਸਪਾਇਰ ਹੋ ਗਏ ਸੀ 1992 'ਚ ਉਸ ਤੋਂ ਬਾਅਦ ਮਾਮਾ ਜੀ ਹੁਣਾਂ ਨੇ ਸਾਨੂੰ ਰਹਿ ਕੇ ਇੱਥੇ ਪਾਲਿਆ ਤਾਂ ਉਹ ਬਹੁਤ ਸਾਰੇ ਨਾਵਲ ਲੈ ਕੇ ਆਉਂਦੇ ਜਿਨ੍ਹਾਂ ਦੇ ਵਿੱਚ ਜਸਵੰਤ ਸਿੰਘ ਕਮਲ ਜੀ ਦੇ ਬਹੁਤ ਸਾਰੇ ਨਾਵਲ ਆਉਂਦੇ ਤਾਂ ਜਸਵੰਤ ਸਿੰਘ ਕਮਲ ਸਾਹਿਬ ਤੁਹਾਡੇ ਗੁਆਂਢੀ ਪਿੰਡ ਦੇ ਹਾਂਜੀ ਮੇਰੇ ਨਾਲ ਦੇ ਪਿੰਡ ਦੇ ਅਤੇ ਉਹਨਾਂ ਦੇ ਬਹੁਤ ਸਾਰੇ ਨਾਵਲ ਹੁੰਦੇ ਜਾਂ ਮੈਂ ਉਹ ਪੜ੍ਹਦਾ ਹਾਂ ਨਾ ਚੋਰੀ ਪੜ੍ਹਦਾ ਘਰਦਿਆਂ ਤੋਂ ਕਿਉਂਕਿ ਉਦੋਂ ਸਕੂਲੇ ਪੜ੍ਹਦੇ ਸੀ ਨਾ ਘਰੋਂ ਵੀ ਕੁੱਟ ਪੈਣ ਵਾਲਾ ਕੰਮ ਹੁੰਦਾ ਸੀ ਵੀ ਜੇ ਮੈਂ ਨਾਵਲ ਪੜ੍ਹਦਾ ਫੜਿਆ ਜਾਂਦਾ ਦੋਗਾ ਕਿਤਾਬਾਂ ਨਹੀਂ ਪੜ੍ਹਦੇ ਹੈ ਨਾ ਮੈਂ ਉਹ ਪੜ੍ਹਨ ਦਾ ਸ਼ੌਂਕ ਪੈ ਗਿਆ ਫਿਰ ਮੈਨੂੰ ਵੀ ਮੈਨੂੰ ਸ਼ਬਦ ਘੈਂਟ ਲੱਗਣ ਲੱਗ ਗਿਆ ਨਾ ਵੀ ਯਾਰ ਕੁਛ ਲਿਖਿਆ ਜਾ ਸਕਦਾ ਫਿਰ ਹੌਲੀ ਹੌਲੀ ਉਹਨਾਂ ਦਿਨਾਂ ਦੇ ਵਿੱਚ ਨਾ ਬਚਨ ਬੇਦਲ ਸਾਹਿਬ ਦਾ ਦੌਰ ਸੀ ਜੀ ਜੀ ਮੈਂ ਬਚਨ ਬੇਦਲ ਸਾਹਿਬ ਜੀ ਨੂੰ ਸੁਣਦਾ ਫਾਲੋ ਕਰਦਾ ਅਤੇ ਜਦੋਂ ਲਾਸਟ ਦੇ ਉੱਤੇ ਪਿੰਡ ਦਾ ਨਾਮ ਆਉਂਦਾ ਜਾਂ ਹੈ ਨਾ ਬਡਰੁੱਖਾਂ ਪਿੰਡ ਦਾ ਜਾਂ ਬੇਦਲ ਸਾਹਿਬ ਦਾ ਆਉਂਦਾ ਤਾਂ ਮੈਨੂੰ ਲੱਗਦਾ ਹੁੰਦਾ ਯਾਰ ਵੀ ਮੈਂ ਵੀ ਇੱਦਾਂ ਕੁਛ ਕਰਾਂ ਵੀ ਮੇਰਾ ਵੀ ਮੇਰੇ ਵੀ ਪਿੰਡ ਦਾ ਨਾਮ ਆਵੇ ਜਾਂ ਮੇਰਾ ਨਾਮ ਆਵੇ ਬਸ ਉਹ ਇੱਦਾਂ ਇੱਦਾਂ ਹੀ ਹੌਲੀ ਹੌਲੀ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਲਿਖਣ ਵਾਲੇ ਪਾਸੇ ਆ ਗਿਆ ਫਿਰ ਬਸ ਚੱਲ ਸੋ ਚੱਲ ਹੌਲੀ ਹੌਲੀ ਜੀ ਜੀ ਅੱਛਾ ਬਾਈ ਜਿਸ ਤਰ੍ਹਾਂ ਤੁਸੀਂ ਇਸ ਖੇਤਰ ਦੇ ਵਿੱਚ ਆ ਗਏ ਉਸ ਤੋਂ ਬਾਅਦ ਜਿਹੜੀ ਤੁਹਾਡੀ ਕਲਮ ਆ ਤੁਸੀਂ ਲਿਖਦੇ ਲਿਖਦਿਆਂ ਨੇ ਕਦੋਂ ਸੋਚਿਆ ਸੀ ਕਿ ਯਾਰ ਮੈਂ ਵੀ ਗੀਤ ਰਿਕਾਰਡ ਕਰਾਉਣੇ ਅਤੇ ਕਰਾਉਣ ਦੇ ਲਈ ਕਿੰਨੀ ਕੁ ਮੁਸ਼ਕਤ ਜਿਹੜੀ ਮਿਹਨਤ ਕਰਨੀ ਪਈ ਮੈਂ ਲਿਖਣ ਲੱਗ ਗਿਆ ਮੈਂ ਸੋਚਿਆ ਯਾਰ ਵੀ ਮੇਰੇ ਮੈਂ ਇੱਦਾਂ ਸੋਚਦਾ ਸੱਚੀ ਵੀ ਯਾਰ ਮੇਰੇ ਗਾਣੇ ਕੋਈ ਬੰਦਾ ਗਾਊਗਾ ਜੀ ਜੀ ਮੈਨੂੰ ਯਕੀਨ ਨਹੀਂ ਸੀ ਹਰ ਇੱਕ ਜਦੋਂ ਆਪਾਂ ਕਿਸੇ ਖੇਤਰ ਦੇ ਵਿੱਚ ਹੁੰਦੇ ਹਰ ਗੀਤਕਾਰ ਨੂੰ ਇਹ ਚੀਜ਼ ਮੈਂ 6 ਸਾਲ ਗਾਣੇ ਲਿਖੇ ਸਿਰਫ ਮੈਨੂੰ ਇਕੱਲੇ ਨੂੰ ਪਤਾ ਸੀ ਵੀ ਮੈਂ ਗਾਣੇ ਲਿਖਦਾ 6 ਸਾਲ ਲਿਖ ਕੇ
ਘੱਟੋ ਘੱਟ 200-300 ਗਾਣਾ ਲਿਖ ਕੇ ਨਾ ਜੀ। ਪਰ ਮੈਂ ਇੱਕ ਚੀਜ਼, ਮੈਂ ਉਹ ਰੱਬ ਨਾਂ ਦੀ ਕੋਈ ਚੀਜ਼ ਆ ਜੇ, ਹੈ ਨਾ, ਕੁਦਰਤੀ ਚੀਜ਼ ਆ, ਤਾਂ ਮੈਨੂੰ ਲੱਗਦਾ ਵੀ ਮੈਂ ਇਹ ਸੋਚਦਾ ਵੀ ਯਾਰ ਮੇਰਾ ਟਾਈਮ ਆਊਗਾ ਅਤੇ ਮੈਂ ਕਿਸੇ ਕੋਲ ਗਾਣੇ ਲੈ ਕੇ ਨਹੀਂ ਜਾਣੇ, ਮੈਂ ਗਾਉਣ ਵਾਲਿਆਂ ਦੀਆਂ ਮਿਹਨਤਾਂ ਨਹੀਂ ਕਰਨੀਆਂ, ਨਾ ਮੈਂ ਕਦੇ ਕਿਸੇ ਨੂੰ ਫੋਨ ਲਾਇਆ, ਹੁਣ ਤੱਕ ਦਾ ਵੀ ਰਿਕਾਰਡ ਹੈ ਜੀ। ਮੇਰਾ ਟਾਈਮ ਆਊਗਾ ਅਤੇ ਉਹ ਫਿਰ ਉਹਨੇ ਰੱਬ ਨੇ ਸੁਣੀ ਕਦੇ, ਹੈ ਨਾ, ਸੱਚੇ ਦਿਲੋਂ ਛੇ ਸਾਲਾਂ ਦੀ ਜਿਹੜੀ ਮੇਰੀ ਮਿਹਨਤ ਸੀ ਜਾਂ ਮੁਸ਼ਕਤ ਸੀ ਜਾਂ ਤਪੱਸਿਆ ਸੀ, ਤਾਂ ਫਿਰ ਮੇਰੇ ਕੋਲ ਪਹਿਲੀ ਵਾਰੀ ਸਾਡੇ ਪਿੰਡ ਤੋਂ ਮੇਰਾ ਦੋਸਤ ਆ ਦੀਪ ਸਿੱਧੂ, ਪਹਿਲੀ ਵਾਰੀ ਮੇਰੇ ਕੋਲ ਘਰੇ ਹੀ ਗਾਣੇ ਲੈਣਾ ਸੀ। ਅੱਛਾ, ਉਹ ਸਬੱਬ ਕਿਵੇਂ ਬਣਿਆ? ਦੀਪ ਸਿੱਧੂ ਹੋਰਾਂ ਨੇ ਤੁਹਾਡਾ ਪਹਿਲਾ ਗਾਣਾ ਜਿਹੜਾ ਲਿਆ ਅਤੇ ਉਹ ਰਿਕਾਰਡ ਵੀ ਹੋਇਆ, ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਪਹਿਲੀ ਜਿਹੜੀ ਸ਼ੁਰੂਆਤ ਆ। ਉਹ ਸਬੱਬ ਇੱਦਾਂ ਬਣਿਆ, ਮੇਰਾ ਦੋਸਤ ਹੈ ਬਲਵੰਤ ਕਲੇਰ ਜੀ, ਉਹ ਮਿਊਜ਼ਿਕ ਵੀ ਸਿੱਖਦਾ ਸੀਗਾ, ਥੀਏਟਰ ਦਾ ਆਰਟਿਸਟ ਵੀ ਸੀਗਾ, ਅਤੇ ਮੈਂ ਨਾ ਇੱਕ ਦਿਨ ਡਰਦੇ ਨੇ ਉਹਦੇ ਕੋਲ ਗੱਲ ਕੀਤੀ, ਮੈਂ ਕਿਹਾ ਬਲਵੰਤ ਬਾਈ ਯਾਰ ਮੈਨੂੰ, ਮੈਂ ਵੀ ਨਾ ਗਾਣੇ ਜੇ ਲਿਖਣ ਦਾ ਝਾਸਾ ਮੈਨੂੰ ਵੀ ਤੂੰ ਦੇਖੇਗਾ ਜੀ। ਮੈਨੂੰ ਪਤਾ ਸੀਗਾ ਉਹ ਬਰਨਾਲੇ ਰਹਿੰਦਾ ਹੁੰਦਾ ਸੀ ਬਾਈ ਜੈਸੀ ਬਾਜੇ ਵਰਗਿਆਂ ਨਾਲ, ਹੈ ਨਾ ਜੀ ਜੀ, ਅਤੇ ਮੈਂ ਬਾਈ ਨਾਲ ਗੱਲ ਕੀਤੀ, ਉਹਨੇ ਸੁਣਿਆ ਕਹਿੰਦਾ ਓਏ ਹੋਏ ਤੂੰ ਤਾਂ ਬਹੁਤ ਘੰਟ ਲਿਖਦਾ, ਉਹਨੇ ਮੈਨੂੰ ਬੜਾ ਹੌਸਲਾ ਦਿੱਤਾ, ਐਨਰਜੀ ਦਿੱਤੀ। ਬਸ ਉਹ ਬਾਈ ਨੇ ਆਪਣੇ ਪਿੰਡ ਇੱਕ ਬਾਈ ਰਣਜੀਤ ਹੈ, ਰਣਜੀਤ ਨਾਗਰਾ, ਬਾਈ ਨੇ ਰਣਜੀਤ ਨਾਗਰੇ ਕੋਲ ਕਦੇ ਗੱਲ ਕੀਤੀ, ਕਹਿੰਦਾ ਵੀ ਉਹ ਮੁੰਡਾ ਸਰਬਜੀਤ ਹੈ, ਭਗਤਾਂ ਦਾ ਵੱਜਦੇ ਆਪਣੇ, ਭਗਤਾਂ ਦੇ ਵੱਜਦੇ ਆਪਣੀ ਫੈਮਿਲੀ, ਭਗਤਾਂ ਦੀ ਫੈਮਿਲੀ ਵੱਜਦੀ ਆਪਣੀ, ਕਹਿੰਦਾ ਉਹ ਭਗਤਾਂ ਦਾ ਮੁੰਡਾ ਬਹੁਤ ਸੋਹਣੇ ਗਾਣੇ ਲਿਖਦਾ। ਤਾਂ ਮੇਰੀ ਕਿਸਮਤ ਨੂੰ ਕੁਦਰਤੀ ਦੀਪ ਸਿੱਧੂ ਕਿਤੇ ਉੱਥੇ ਚਲੇ ਗਿਆ ਬਾਈ ਰਣਜੀਤ ਕੋਲ, ਥੋੜ੍ਹੇ ਦਿਨਾਂ ਦੇ ਵਿੱਚ ਹੀ, ਹਫ਼ਤੇ 'ਚ ਹੀ ਹੋ ਗਿਆ ਸਾਰਾ ਕੁਛ, ਹਫ਼ਤੇ 10 ਦਿਨਾਂ 'ਚ। ਅਤੇ ਉੱਥੋਂ ਉਹ ਗਾਣੇ ਡਿਸਕਸ ਕਰ ਰਹੇ ਵੀ ਮੈਂ ਟੇਪ ਕਰ ਰਿਹਾ, ਐਲਬਮ ਕਰਨੀ ਸੀਗੀ ਬਾਈ ਨੇ, ਦੀਪ ਨੇ ਜੀ ਜੀ, ਅਤੇ ਬਾਈ ਰਣਜੀਤ ਨੇ ਕਹਿੰਦਾ ਯਾਰ ਵੀ ਉਹ ਮੁੰਡਾ ਸਰਬਾ ਉਹਨਾਂ ਦਾ, ਸਿੱਧੂ ਤਾਂ ਹੁਣ ਬਣਿਆ ਇੰਡਸਟਰੀ ਦਾ, ਪਹਿਲਾਂ ਸਰਬਾ ਹੀ ਸੀ ਪਿੰਡ 'ਚ, ਭਗਤ ਕਹਿੰਦੇ ਮੈਨੂੰ ਹੁਣ, ਅਤੇ ਕਹਿੰਦਾ ਵੀ ਉਹ ਲਿਖਦਾ ਤੂੰ ਉਹਦੇ ਕੋਲ ਜਾਉਣਾ। ਉਹ ਫਿਰ ਮੇਰੇ ਕੋਲ ਘਰ ਆ ਗਿਆ ਅਤੇ ਮੈਨੂੰ ਆ ਕਹਿੰਦਾ ਬਾਈ ਮੈਂ ਗਾਣੇ ਲੈਣੇ ਆ, ਮੈਂ ਉਹਦੇ ਕੋਲ ਮੁੱਕਰ ਗਿਆ, ਮੈਂ ਕਿਹਾ ਬਾਈ ਕਿਹੜੇ ਗਾਣੇ, ਕਹਿੰਦਾ ਯਾਰ ਤੂੰ ਲਿਖਦਾ, ਮੈਂ ਕਿਹਾ ਯਾਰ ਨਹੀਂ ਬਾਈ ਮੈਂ ਤਾਂ ਮਾੜੇ ਮੋਟੇ ਆ ਉਹੀ ਹੋਈ, ਅਤੇ ਕਹਿੰਦਾ ਨਹੀਂ ਯਾਰ ਵੀ ਮੈਨੂੰ ਦੱਸਿਆ ਪੱਕੇ ਬੰਦੇ ਨੇ ਦੱਸਿਆ, ਰਣਜੀਤ ਨੇ ਦੱਸਿਆ, ਮੈਂ ਖੈਰ ਪੱਕੇ ਬੰਦੇ ਨੇ ਫਸਾ ਤਾ। ਫਿਰ ਮੈਂ ਬਾਈ ਨੂੰ ਕਿਹਾ ਚੱਲ ਬਾਈ ਆ ਜਾਈ ਤੂੰ, ਹੱਥ ਨੇ ਮੈਂ ਹੁਣ ਮੈਂ ਮੱਝਾਂ ਨੂੰ ਬਾਈ ਜਾਂਦਾ ਸੀ ਯਾਰ, ਹੈ ਨਾ, ਆਪਾਂ ਤਾਂ ਕੰਮ ਕਰ ਵਾਲੇ ਬੰਦੇ ਤੈਨੂੰ ਪਤਾ, ਅਤੇ ਮੈਂ ਕਿਹਾ ਹੱਥ ਨੇ ਆ ਜਾਈ। ਚੱਲ ਫਿਰ ਬਾਈ ਆਇਆ ਹੱਥ ਨੇ, ਫਿਰ ਉਹ ਉਦੋਂ 14 ਗੀਤ ਲੈ ਗਿਆ ਮੇਰੇ, ਅਤੇ 6 ਗੀਤ ਉਹਨੇ ਇੱਕੇ ਐਲਬਮ 'ਚ, ਪਹਿਲੀ ਐਲਬਮ 'ਚ ਮੇਰੇ 6 ਗੀਤ ਕੀਤੇ, ਪਹਿਲੀ ਐਲਬਮ, ਹਾਂ ਪਹਿਲੀ ਐਲਬਮ, ਉਹਨੇ ਸਾਰਿਆਂ ਦੇ ਕੱਢਤੇ, ਮੇਰੇ ਇਕੱਲੇ ਦੇ 2 ਗੀਤੇ ਦੀਪ ਸਿੱਧੂ ਨੇ, ਅਤੇ ਉਹ ਤੋਂ ਬਾਅਦ ਫਿਰ ਉਹਦੇ 2 ਗੀਤਾਂ ਦੇ ਵੀਡੀਓ ਵੀ ਚੱਲੇ ਉਹਨਾਂ ਦੇ ਦਿਨਾਂ ਦੇ ਵਿੱਚ, MH1 ਵੱਡਾ ਚੈਨਲ ਸੀਗਾ, ਬਿਲਕੁਲ, ਇੱਕ ਮਹੀਨਾ ਘੱਟੋ ਘੱਟ ਚੱਲਦੇ ਰਹੇ, ਸੋ ਇੱਦਾਂ ਮੇਰਾ ਸਫ਼ਰ ਸ਼ੁਰੂ ਹੋ ਗਿਆ। ਅੱਛਾ ਭਾਈ, ਤੁਸੀਂ ਕਬੱਡੀ ਨਾਲ ਜੁੜੇ ਰਹੇ ਹੋ, ਹੈ ਨਾ, ਤੁਸੀਂ ਗੱਲ ਕੀਤੀ ਕਬੱਡੀ ਦੀ, ਜਿੱਥੇ ਤੁਸੀਂ ਖੇਡ ਵੀ ਵਧੀਆ ਖੇਡੀ ਹੈ ਆਪਣੇ ਸਮੇਂ ਦੇ ਵਿੱਚ, ਵਧੀਆ ਤੁਸੀਂ ਤੁਹਾਡਾ ਸਮਾਂ ਜਿਹੜਾ ਉਹ ਰਿਹਾ ਜਿੰਨਾ ਟਾਈਮ ਤੁਸੀਂ ਗਰਾਊਂਡਾਂ ਦੇ ਵਿੱਚ ਰਹੇ ਹੋ, ਅਤੇ ਉਸ ਤੋਂ ਬਾਅਦ ਕਬੱਡੀ ਲਈ ਤੁਸੀਂ ਕੁਛ ਖਾਸ ਲਿਖਿਆ? ਮੈਂ ਉਹਨਾਂ ਦਿਨਾਂ ਦੇ ਵਿੱਚ ਲਿਖਿਆ ਕਬੱਡੀ ਲਈ ਗਾਣਾ, ਉਹ ਦੀਪ ਵਾਲੀ ਟੇਪ ਦੇ ਵਿੱਚ ਹੀ ਸੀਗਾ ਜੀ ਜੀ, ਰਿਕਾਰਡ ਕੀਤਾ ਸੀ ਅਸੀਂ, ਉਹਦਾ ਇੱਕ ਲਾਸਟ ਅੰਦਰਾ ਬਹੁਤ ਮਕਬੂਲ ਹੋਇਆ ਸੀ, ਵੈਸੇ ਉਹਦੀ ਕੋਈ ਉਦੋਂ ਵੀਡੀਓ ਨਹੀਂ ਬਣੀ ਸੀ, ਪ੍ਰਮੋਸ਼ਨ ਨਹੀਂ ਕਰ ਸਕੇ ਸੀ, ਹੈ ਨਾ, ਬਹੁਤ ਸਾਰੀਆਂ ਪ੍ਰੋਬਲਮ ਹੁੰਦੀਆਂ ਜੀ ਜੀ, ਅਤੇ ਉਹ ਲਾਸਟ ਅੰਦਰਾ ਸੀਗਾ, ਕਹਿੰਦਾ ਵੀ ਜਦ ਹੋਇਆ ਫਾਈਨਲ ਮੈਚ ਤਾਂ ਹੱਥ ਦਿਖਾਏ ਪੱਪੂ ਨੇ, ਢੇਰੀਆਂ ਕੋਲ ਲਿਆ ਕੇ ਰੇਡਰ ਢਾਏ ਪੱਪੂ ਨੇ, ਦੇਖਣ ਸਰਬਜੀਤ ਸਿੰਘ ਸਾਰੇ ਜਦੋਂ ਨੋਟ ਚੰਨੇ ਨੇ ਵਾਰੇ, ਜੋ ਦਿਲ ਨਾਲ ਰੱਖੇ ਕਰਾੜਾਂ ਦਾ, ਹਰਜੀਤ ਬੜਾ ਹੀ ਚੇਤੇ ਆਇਆ ਪੁੱਤ ਬਰਾੜਾਂ ਦਾ। ਇਹ ਅਕਸਰ ਹੀ ਜਿਹੜੇ ਪੰਜਾਬ ਦੇ ਕਬੱਡੀ ਮੇਲੇ ਆ, ਤੁਹਾਡੇ ਬੋਲ ਬੋਲੇ ਜਾਂਦੇ, ਸਾਰੇ ਬੋਲੇ ਜਾਂਦੇ। ਇੱਕ ਹੋਰ ਚੀਜ਼ ਹੋਈ ਸੀ ਇੰਟਰਸਟਿੰਗ, ਮੈਂ ਅਸੀਂ ਨਾ ਪਿੰਡ ਟੂਰਨਾਮੈਂਟ ਕਰਾਉਣਾ ਸੀਗਾ, ਅਤੇ ਅਸੀਂ ਪਰਚੇ ਛਾਪਣੇ ਦੇਣ ਚਲੇ ਗਏ, ਉੱਥੇ ਬੈਠੇ ਅਸੀਂ ਸਾਰਾ ਡਿਜ਼ਾਇਨ ਪ੍ਰਿੰਟ ਕਰਾਏ, ਪ੍ਰਿੰਟ ਆ ਜਿਹੜਾ ਡਿਜ਼ਾਇਨ ਕਰਾਏ ਜਾਂਦੇ ਸੀ, ਤਾਂ ਉੱਥੇ ਉਹ ਕਹਿੰਦੇ ਉਹੀ ਪੁਰਾਣੇ ਘਸੇ ਪਟੇ ਸ਼ਹਿਰ 'ਚ ਲਏ, ਮੈਂ ਖੈਰ ਇਹ ਨਹੀਂ ਲਿਖਾਉਣੇ, ਮੈਂ ਕਿਸੇ ਨੂੰ ਦੱਸਿਆ ਨਹੀਂ ਹੋਇਆ ਸੀ, ਇਹ 2002-3 ਦੀ ਗੱਲ ਹੈ ਜੀ ਜੀ, ਕਹਿੰਦੇ ਫਿਰ ਕੀ ਲਾਉਣਾ, ਮੈਂ ਕਿਹਾ ਮੈਂ ਲਿਖਾਉਣਾ। ਅੱਛਾ, ਮੇਰੇ ਇੱਕ ਗੀਤ ਹੈ ਉਹਦਾ, ਉਹ ਹੈਗਾ ਵੀ ਉਹਦੀ ਹੁੱਕ ਲੈਣ ਵੀ ਵਾਸੀ ਅਸੀਂ ਪੰਜਾਬ ਦੇ, ਸਾਨੂੰ ਮਾਣ ਪੰਜਾਬੀ ਦਾ, ਉਹਦਾ ਇੱਕ ਅੰਤਰਾ ਸੀਗਾ, ਉਹਦੇ ਵਿੱਚ ਮੈਂ ਸਾਰੇ ਘੈਂਟ ਘੈਂਟ ਪੰਜਾਬੀਆਂ ਦਾ ਜ਼ਿਕਰ ਕੀਤਾ ਸੀ ਸਾਰੇ ਗਾਣੇ ਦੇ। ਅੱਛਾ, ਤਾਂ ਉਹਦੇ 'ਚ ਲਿਖਤਾ ਵੀ ਨਾ ਕ੍ਰਿਕਟ ਨਾ ਗੋਲਫ ਸਾਡੀ ਖੇਡ ਕਬੱਡੀ ਹੈ, ਇੰਗਲੈਂਡ ਕਨੇਡਾ ਇਟਲੀ ਹਰ ਥਾਂ ਝੰਡੀ ਗੱਡੀ ਹੈ, ਖੇਡ ਗਿਆ ਹਰਜੀਤ ਵੀ ਬਣ ਜਾਂਦਾ ਜਾਨ ਪੰਜਾਬੀ ਦਾ, ਵਾਸੀ ਅਸੀਂ ਪੰਜਾਬ ਦੇ, ਸਾਨੂੰ ਮਾਣ ਪੰਜਾਬੀ ਦਾ, ਸੋ ਉਹ ਪੋਸਟਰ 'ਤੇ ਛਾਪਤਾ। ਉਹ ਤੋਂ ਬਾਅਦ ਉਹ ਪੋਸਟਰ ਤੋਂ ਲਿਖ ਕੇ ਹੋਰ 1000 ਪ੍ਰਿੰਟਿੰਗ ਪ੍ਰੈਸ ਵਾਲਿਆਂ ਨੇ ਛਾਪਿਆ, ਕੱਲ ਪੰਜਾਬ ਦੇ ਵਿੱਚ ਛਪਿਆ, ਪ੍ਰੋਫੈਸਰ ਮੱਖਣ ਸਿੰਘ ਹੋਣਾ ਜੀ ਨੇ ਬੋਲਿਆ, ਹੈ ਨਾ, ਮੇਰੇ ਲਈ ਵੱਡੀ ਗੱਲ ਸੀ ਬਿਲਕੁਲ, ਪਰ ਪਤਾ ਕਿਸੇ ਨੂੰ ਨਾ, ਮੈਂ ਕਿਸੇ ਨੂੰ ਦੱਸਦਾ ਸੀ, ਪਰ ਮੈਨੂੰ ਜਦੋਂ ਮੈਨੂੰ ਸੁਣਦਾ ਹੁੰਦਾ ਮੈਨੂੰ ਲੱਗਦਾ ਹੁੰਦਾ ਯਾਰ ਘੈਂਟ ਆ, ਲੋਕ ਬੋਲ ਬਣ ਗਏ, ਹੈ ਨਾ, ਉਹ ਲੋਕ ਬੋਲ ਬਣ ਗਏ, ਅਜੇ ਤੱਕ ਵੀ ਬਹੁਤ ਬਹੁਤ ਘੱਟ ਲੋਕਾਂ ਨੂੰ ਪਤਾ, ਮੈਨੂੰ ਖੁਦ ਵੀ ਇਹ ਅੱਜ ਪਤਾ ਲੱਗ ਰਿਹਾ, ਬੇਸ਼ੱਕ ਮੈਂ ਖੁਦ ਵੀ ਬੋਲੇ ਬਾਈ, ਰਿੰਪੀ ਬਰਾੜ ਗੱਜਣ ਵਾਲਾ ਉਹ, ਹੈ ਨਾ, ਉਦੋਂ ਉਹਦਾ ਦੌਰ ਸੀ, ਉਹਨੇ ਸ਼ੁਰੂ ਕੀਤਾ ਜੀ ਜੀ, ਉਹ ਤੋਂ ਬਾਅਦ ਫਿਰ ਚੱਲ ਸੋ ਚੱਲ ਤਕਰੀਬਨ ਹੁਣ ਤੱਕ ਬੋਲਦੇ ਆ ਨਾ, ਹਾਂ, ਸੋ ਇੱਦਾਂ ਮੇਰੀ ਸ਼ੁਰੂਆਤਾਂ ਵੀਰੇ ਜੀ ਜੀ। ਅੱਛਾ ਬਾਈ, ਜਿਸ ਤਰ੍ਹਾਂ ਤੁਸੀਂ ਇਹ ਕਬੱਡੀ ਦੀ ਗੱਲ ਕੀਤੀ, ਅਤੇ ਕਬੱਡੀ ਦੇ ਵਿੱਚ ਅਕਸਰ ਅਸੀਂ ਵੇਖਿਆ ਕਿ ਕਬੱਡੀ ਵਾਲੀ ਤੁਹਾਡੇ ਬਾਰੇ ਦੱਸਦੇ ਨੇ ਕਿ ਸਿੱਧੂ ਸਰਬਜੀਤ ਬੇਸ਼ੱਕ ਭਗਤਾਂ ਦਾ ਵੱਜਦਾ ਪਰ ਸੁਭਾਅ ਬੜਾ
ਜਿੱਥੇ ਤੁਸੀਂ ਸਹੀ ਲੱਗਦੇ ਨਾ, ਤੁਹਾਡੀ ਜ਼ਮੀਰ ਮੰਨਦੀ ਵੀ ਮੈਂ ਸਹੀ ਹਾਂ। ਸਟੈਂਡ ਨਾਲ ਗਵਾਇਆ ਵੀ ਬੜਾ ਕੁਛ। ਹਾਂ ਵੀਰੇ, ਉਹ ਤਾਂ ਫਿਰ ਕੁਛ ਨਾ ਕੁਛ ਗਾਉਣਾ ਹੀ ਪੈਂਦਾ, ਕਿਉਂਕਿ ਸੱਚ ਸਾਰਿਆਂ ਨੂੰ ਬਰਦਾਸ਼ਤ ਨਹੀਂ ਹੁੰਦਾ ਅਤੇ ਆਪਾਂ ਕਦੇ ਸੱਚ ਤੋਂ ਨਹੀਂ ਮੁੜੇ ਜੀ। ਜਿਹੜੀ ਗੱਲ ਕਹਿਤੀ, ਸੋਚ ਕੇ ਸਮਝ ਕੇ ਵਿਚਾਰ ਕੇ ਕੀਤੀ ਹੈ ਨਾ। ਹਾਂ, ਜੇ ਮੇਰੀ ਗਲਤੀ ਆ, ਮੈਂ ਸ਼ਰਿਆਂ ਮੰਨ ਲੈਣਾ ਵੀ ਯਾਰ ਇਹ ਮੇਰੀ ਗਲਤੀ ਹੈ, ਮੈਨੂੰ ਮਾਫ਼ ਕਰ ਦਿਉ। ਉੱਥੇ ਭਲਾ ਤੂੰ ਮੇਰੇ ਤੋਂ ਛੋਟਾ ਭਰਾ, ਮੈਂ ਤਾਂ ਇੱਥੋਂ ਹੀ ਮਾਫ਼ੀ ਮੰਗ ਲੂੰਗਾ, ਹੱਥ ਬੰਨ ਕੇ ਮੰਗ ਲੂੰਗਾ। ਅਤੇ ਜੇ ਮੇਰੀ ਗਲਤੀ ਨਹੀਂ, ਫਿਰ ਦੁਨੀਆਂ ਦੀ ਕੋਈ ਤਾਕਤ ਵੀ ਨਹੀਂ ਜਿਹੜੀ ਮੈਨੂੰ ਮਨਾ ਲਏ। ਕਿਤੇ ਇੰਡਸਟਰੀ ਦੇ ਵਿੱਚ ਹੋਇਆ ਇੱਧਰ ਸੰਗੀਤ ਲਾਈਨ ਦੇ ਵਿੱਚ, ਜੋ ਤੁਸੀਂ ਆਏ ਹੋ ਕਿਤੇ ਸਟੈਂਡ ਅੜ ਗਿਆ ਹੋਵੇ ਅਤੇ ਵੀ ਬਾਈ ਆਪਾਂ ਨੁਕਸਾਨ ਵੀ ਕਾਫ਼ੀ ਠਾ ਗਏ? ਹਾਂ, ਮੈਂ ਝੱਲਿਆ, ਮੈਂ ਕਾਫ਼ੀ ਸਾਰੇ, ਚਲੋ ਹੁਣ ਮੈਂ ਨਾਂ ਨਹੀਂ ਲੈਣੇ ਜੀ ਜੀ, ਮੈਂ ਬਹੁਤ ਸਾਰੇ ਬੰਦੇ ਇੱਥੇ ਲੈ ਕੇ ਆਉਂਦੇ, ਸਾਂਭੇ ਰੱਖੇ ਅਤੇ ਛੱਡ ਕੇ ਚਲੇ ਗਏ। ਅੱਛਾ, ਜਾਣ ਲੱਗੇ ਨੁਕਸ ਵੀ ਕੱਢ ਗਏ। ਚਲ ਕੋਈ ਨਹੀਂ, ਉਹਨਾਂ ਦਾ ਵੀ ਥੈਂਕ ਯੂ, ਧੰਨਵਾਦ ਆ, ਕਿਉਂਕਿ ਸਿੱਖਦਾ ਬੰਦਾ ਹਰੇਕ ਜਗ੍ਹਾ ਤੋਂ, ਮੈਂ ਉਹਨਾਂ ਤੋਂ ਵੀ ਸਿੱਖਿਆ। ਸੋ ਮੈਂ ਗਵਾਇਆ ਆਪਣੀ ਅੜੀ 'ਚ ਰਹਿਣਾ ਯਾਰ, ਮੈਂ ਝੁੱਕ ਕੇ ਨਹੀਂ ਜਾਂਦਾ ਕਿਤੇ। ਮੈਂ ਇਹੀ ਗੱਲ ਕਰ ਰਿਹਾ ਸੀ, ਝੁਕਣਾ ਨਹੀਂ ਹੈਗਾ, ਮੈਂ ਛੱਡ ਕੇ ਚਲੇ ਜਾਂਦਾ ਸਾਰਾ ਕੁਛ। ਜਿੱਥੇ ਮੈਨੂੰ ਲੱਗਦਾ ਯਾਰ ਇੱਥੇ ਮੈਂ ਸੈਟਿੰਗ ਨਹੀਂ ਨਾ, ਛੱਡ ਦਿੰਦਾ ਯਾਰ। ਜਿਸ ਤਰ੍ਹਾਂ ਬਾਈ ਤੁਸੀਂ ਦੱਸਿਆ ਕਿ ਤੁਸੀਂ ਅੜ ਕੇ ਰਹਿੰਦੇ ਹੋ, ਝੁੱਕਦੇ ਨਹੀਂ, ਇਸੇ ਤਰ੍ਹਾਂ ਤੁਹਾਡੀ ਕਲਮ ਦਾ ਵੀ ਕੋਈ ਖਾਸ ਸੁਭਾਅ ਵੀ ਆਹ ਚੀਜ਼ ਲਿਖਣੀ ਆ ਜਾਂ ਇਸੇ ਤਰ੍ਹਾਂ ਦਾ ਲਿਖਣਾ? ਕਲਮ ਦਾ ਬਿੱਟੂ, ਮੈਂ ਬਹੁਤ ਚੰਗੇ ਗਾਣੇ ਲਿਖੇ ਆ, ਮੈਨੂੰ ਜਿਨ੍ਹਾਂ 'ਤੇ ਮੈਨੂੰ ਮਾਣ ਹੁੰਦਾ, ਮੈਂ ਕੋਈ ਕਈ ਮੈਂ ਹੁਣ ਵਪਾਰਕ ਲਿਖੇ ਆ, ਪਰ ਇੰਨਾ ਕੁ ਸਮਝੌਤਾ ਨਹੀਂ ਕਰਦਾ ਵੀ ਯਾਰ ਜਮਾਂ ਹੀ ਨੰਗੇ ਹੁਣ, ਮੈਨੂੰ ਲੱਗਦਾ ਨਹੀਂ ਮੈਂ ਕਰ ਸਕਦਾ। ਬਾਕੀ ਸਮੇਂ ਸਮੇਂ ਦੀ ਗੱਲ ਆ, ਕਿਉਂਕਿ ਇੱਥੇ ਇਹ ਮੈਂ ਸ਼ੌਂਕ ਨੂੰ ਆਇਆ ਸੀ ਪਰ ਕਿੱਤਾ ਬਣ ਗਿਆ। ਤੁਸੀਂ ਪਿੰਡ ਛੱਡਿਆ? ਪਿੰਡ ਛੱਡਿਆ ਨਾ, ਮੈਨੂੰ 3 ਸਾਲ ਹੋ ਗਏ, ਮੈਂ ਚੰਡੀਗੜ੍ਹ ਸ਼ਿਫਟ ਕੀਤੇ ਨੂੰ, ਤੁਸੀਂ ਦੇਖ ਲਿਆ ਘਰ ਬਾਰ ਆਪਣਾ, ਵੀ ਮੈਨੂੰ ਲੱਗਦਾ ਯਾਰ ਕਿਤੇ ਨਾ ਕਿਤੇ ਕਮਰਸ਼ੀਅਲ ਹੋਣਾ ਪੈਂਦਾ। ਜੀ ਜੀ, ਕਿਉਂ ਮੈਂ ਇੱਕ ਚੀਜ਼ ਹੋਰ ਕਹਿਣਾ ਨਾ, ਮੇਰੇ ਦੋਸਤ ਬਲਵੰਤ ਬਾਈ ਹੁਣੀ ਕਹਿੰਦੇ ਤੂੰ ਗਾਣੇ ਲਿਖਦਾ, ਮੈਨੂੰ ਲੱਗਦਾ ਮੈਂ ਅੱਜ ਤੋਂ ਜਿਹੜੇ 2010 ਤੋਂ ਪਹਿਲਾਂ ਗਾਣੇ ਲਿਖਦਾ ਸੀ ਤਾਂ ਮੈਨੂੰ ਲੱਗਦਾ ਮੈਂ ਇਦੋਂ ਵੀ ਸੋਹਣੇ ਲਿਖਦਾ ਸੀ, ਪਰ ਉਹ ਰਿਕਾਰਡ ਨਹੀਂ ਨਾ, ਰਿਕਾਰਡ ਨਹੀਂ ਕਰਦਾ ਨਾ ਕੋਈ, ਬਿਲਕੁਲ ਰਿਕਾਰਡ ਕਰਨ ਲਈ ਕਮਰਸ਼ੀਅਲ ਗਾਣੇ ਚਾਹੀਦੇ, ਤਾਂ ਫਿਰ ਮੈਂ ਕਮਰਸ਼ੀਅਲ ਹੋ ਗਿਆ। ਪਰ ਇੰਨਾ ਵੀ ਸਮਝੌਤਾ ਨਹੀਂ ਕਰਦਾ, ਝੁੱਕ ਕੇ ਨਹੀਂ ਚੱਲਦਾ, ਮੈਂ ਕਿਸੇ ਝੁੱਕਣ ਦਾ ਮਤਲਬ ਇਹ ਯਾਰ ਵੀ ਕਿਸੇ ਗਾਉਣ ਵਾਲੇ ਦੇ ਮਗਰ ਤੁਰੇ ਫਿਰ ਉਹ ਫੋਨ ਕਰਦੇ ਫਿਰ ਉਹ ਤਾਂ ਆਪਾਂ ਨੂੰ ਇਗਨੋਰ ਮਾਰਦਾ, ਫਿਰ ਸਵਾਲ ਨਹੀਂ ਪੈਦਾ ਹੁੰਦਾ, ਕੋਈ ਬਾਂਹ ਕੱਢ ਕੇ ਨਹੀਂ ਕਹਿ ਸਕਦਾ ਆਪਾਂ ਨੂੰ ਵੀ ਸਿੱਧੂ ਨੇ ਸਾਨੂੰ ਫੋਨ ਕੀਤਾ ਬਾਈ ਮੇਰਾ ਗਾਣਾ ਗਾ ਨਾ, ਕਦੇ ਵੀ ਨਹੀਂ, ਕਿਉਂਕਿ ਮੈਂ ਕੋਈ ਬੰਦਾ ਮੈਨੂੰ ਫੋਨ ਕਰਦਾ ਜਿੱਥੇ ਜੇ ਯਾਰ ਮਿੱਤਰ ਆ ਉਹਨਾਂ ਨਾਲ ਉਹ ਹਿਸਾਬ ਕਿਤਾਬ ਆ, ਨਹੀਂ ਤਾਂ ਆਪਾਂ ਪੇਮੈਂਟ ਲੈ ਕੇ ਗਾਣਾ ਦੇਣਾ, ਨਹੀਂ ਤਾਂ ਨਹੀਂ ਦਿੰਦਾ ਜਵਾਬ, ਜਿਹਨੇ ਕਰਨਾ ਕਰ ਨਹੀਂ ਕਰਨਾ ਨਾ ਕਰੇ। ਬਾਈ ਖੁਦਕੁਸ਼ੀ ਗਾਣਾ ਤੁਹਾਡਾ, ਸ਼ਬਦ ਬੜੇ ਪ੍ਰਭਾਵਸ਼ਾਲੀ ਅਤੇ ਬੜੇ ਗਹਿਰੇ ਹੈ ਨਾ, ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਭਾਵੇਂ, ਤੁਸੀਂ ਬੜੀ ਉਹ ਚੀਜ਼ ਦੇ ਵਿੱਚ ਜਿਹੜੀ ਜਾਨ ਭਰੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਉਹ ਗਾਣਾ ਮੇਰੇ ਬਹੁਤ ਨੇੜ ਸੀ ਜੀ, ਪਰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ। ਤੁਸੀਂ ਅਕਸਰ ਇਹ ਗੱਲ ਕਹਿੰਦੇ ਹੁੰਦੇ ਹੋ ਕਿ ਉਹ ਚੀਜ਼ ਨੂੰ ਲੋਕ ਜਿਹੜੀ ਅਸੀਂ ਲੋਕ ਕਹਿੰਦੇ ਸੱਭਿਆਚਾਰ ਦੀ ਸੇਵਾ ਨਹੀਂ ਕਰਦੇ, ਅੱਜ ਕੱਲ੍ਹ ਇੱਦਾਂ ਹੋ ਰਿਹਾ, ਪਰ ਇਹ ਤੁਹਾਡਾ ਸਵਾਲ ਆ। ਮੈਂ ਕਹਿੰਦਾ ਯਾਰ ਸੱਭਿਆਚਾਰ ਨਾਂ ਦੀ ਦੁਨੀਆਂ 'ਤੇ ਚੀਜ਼ ਨਹੀਂ ਹੈ, ਸੱਭਿਆਚਾਰ ਅਤੇ ਸੰਸਕਾਰ ਦੋ ਚੀਜ਼ਾਂ, ਜਿਹੜੇ ਸੰਸਕਾਰ ਹੈ ਉਹ ਤੁਹਾਨੂੰ ਵਿਰਸੇ 'ਚੋਂ ਮਿਲਦੇ ਆ, ਤੁਹਾਡੇ ਮਾਂ ਪਿਓ ਤੋਂ, ਵੱਡਿਆਂ ਦੀ ਇੱਜ਼ਤ ਕਰਨੀ, ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣਾ, ਛੋਟਿਆਂ ਨੂੰ ਪਿਆਰ ਕਰਨਾ, ਧੀਆਂ ਭੈਣਾਂ, ਏ ਬੀ ਸੀ, ਅਣਖ ਜੋ ਵੀ ਹੈ ਨਾ, ਇਹ ਸੰਸਕਾਰ ਹੈ। ਸੱਭਿਆਚਾਰ ਜੇ ਹੁਣ ਤੁਸੀਂ ਸੱਭਿਆਚਾਰ 'ਤੇ ਜਾਂਦੇ ਹੋ ਤਾਂ ਜਦੋਂ ਬਾਪੂ ਹੁਣੀ ਗੱਡੇ ਲਈ ਫਿਰਦੇ ਸੀ ਉਹਨਾਂ ਦਾ ਉਹ ਸੱਭਿਆਚਾਰ ਸੀ, ਹੁਣ ਤੁਸੀਂ ਗੱਡੇ 'ਤੇ ਕਾਹਤੋਂ ਨਹੀਂ, ਆਚਾਰ ਵਿਹਾਰ ਰਹਿਣੀ ਬਹਿਣੀ ਸੱਭਿਆਚਾਰ। ਹਾਂ, ਉਹ ਇਹ ਸੱਭਿਆਚਾਰ ਹਰੇਕ 10 ਸਾਲ ਬਾਅਦ ਬਦਲਣ ਵਾਲੀ ਚੀਜ਼ ਹੈ, ਜਿੱਦਾਂ ਬਾਈ ਮਨਮੋਹਨ ਵਾਰ ਸੁਣੀ ਕਹਿੰਦੇ ਹੁੰਦੇ ਇਹ ਇੱਕ ਜਨਰੇਸ਼ਨ ਗੈਪ ਆ। ਮੰਨ ਲਓ ਤੁਹਾਡੇ ਬਾਪੂ ਜੀ ਉਹ ਉਸ ਸਾਈਕਲ 'ਤੇ ਰਹੇ ਆ, ਅੱਜ ਫਿਰ ਆਪਾਂ ਮੋਟਰਸਾਈਕਲ 'ਤੇ ਆ ਗਏ, ਹੁਣ ਤਾਂ ਆਪਾਂ ਥੋੜ੍ਹੇ ਟਾਈਮ ਜ਼ਿਆਦਾ ਤਰੱਕੀ ਕਰਕੇ ਹੁਣ ਆਪਾਂ ਕਾਰ 'ਤੇ ਆ ਗਏ ਹੈ ਨਾ, ਜਿਹੜੀ ਆਪਣੀ ਗਾਂਹ ਵਾਲੀ ਪੀੜ੍ਹੀ ਹੋਊਗੀ ਨਾ ਉਹ ਜਹਾਜ਼ ਲਊਗੀ ਆਉਣ ਵਾਲੇ 20 ਸਾਲਾਂ ਤੱਕ, ਬਿਲਕੁਲ ਹੈ ਨਾ। ਫਿਰ ਆਪਾਂ ਉਹਨਾਂ ਨੂੰ ਕਿਹਾ ਕਰਾਂਗੇ ਵੀ ਯਾਰ ਅਸੀਂ ਪਲਟੀਨਾ ਚੱਕਦੇ ਬਾਪੂ ਸਾਨੂੰ ਜੁੱਤੀਆਂ ਮਾਰਦਾ ਹੁੰਦਾ, ਤੁਸੀਂ ਜਹਾਜ਼ ਕੋਠੇ ਤੋਂ ਉਡਾਉਂਦੇ ਹੋ, ਇਹ ਸੱਭਿਆਚਾਰ ਨਹੀਂ ਹੈਗਾ ਨਾ, ਸੰਸਕਾਰ। ਸੰਸਕਾਰ ਹੋਰ ਚੀਜ਼ ਹੈ, ਸੱਭਿਆਚਾਰ ਉਹ, ਇਹ ਇੱਕ ਬਦਲਾਓ ਹੈ, ਸੱਭਿਆਚਾਰ ਇੱਕ ਬਦਲਾਓ ਦਾ ਨਾਂ ਹੈ, ਬਦਲਦਾ ਹੀ ਰਹਿਣਾ। ਜੇ ਕੋਈ ਕਹਿੰਦਾ ਵੀ ਗਾਣਿਆਂ ਦੇ ਵਿੱਚ ਆਹ ਚੀਜ਼ਾਂ ਆ ਗਈਆਂ ਜਾਂ ਮੋਬਾਈਲ ਦੀਆਂ ਗੱਲਾਂ ਹੋਈਆਂ, ਸਨੈਪਚੈਟ ਦੀਆਂ ਹੋਈਆਂ, ਫਲਾਣੇ ਦੀਆਂ ਹੋਈਆਂ, ਜਿਨ੍ਹਾਂ ਦਿਨਾਂ ਦੇ ਵਿੱਚ ਟੀਵੀ ਆਏ ਸੀ ਨਾ ਉਹਨਾਂ ਦਿਨਾਂ ਦੇ ਵਿੱਚ ਵੀ ਗਾਣੇ ਉਹਨਾਂ ਚੀਜ਼ਾਂ 'ਤੇ ਲਿਖੇ ਗਏ ਸੀ, ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ, ਬਦਲਦੀਆਂ ਰਹਿੰਦੀਆਂ ਜੀ, ਬਿਲਕੁਲ ਬਦਲਣਾ ਜ਼ਰੂਰੀ ਹੈ, ਬਦਲਾਓ। ਗੀਤਕਾਰਾਂ 'ਤੇ ਅਕਸਰ ਇਹ ਸਵਾਲ ਚੁੱਕਿਆ ਜਾਂਦਾ, ਉਂਗਲ ਉੱਠਦੀ ਆ ਕਿ ਗੀਤਕਾਰਾਂ ਨੇ ਜਿਹੜਾ ਸਭ ਤੋਂ ਵੱਧ ਜਿਹੜਾ ਸੱਭਿਆਚਾਰ ਪਲੀਤ ਕੀਤਾ। ਮੈਂ ਉਸੇ ਗੱਲ 'ਤੇ ਫੇਰ ਆਉਣਾ, ਅਤੇ ਤੁਹਾਡੀ ਕਲਮ 'ਤੇ ਤਾਂ ਨਹੀਂ ਮੈਂ ਕਹਿ ਸਕਦਾ ਵੀ ਉੱਠੀ ਉਂਗਲ, ਪਰ ਤੁਸੀਂ ਵੀ ਉਸੇ ਸ਼੍ਰੇਣੀ 'ਚ ਆਉਂਦੇ ਹੋ, ਗੀਤਕਾਰਾਂ ਦੀ ਤਰਜਮਾਨੀ ਕਰ ਰਹੇ ਹੋ ਅੱਜ ਬੈਠੇ, ਅਤੇ ਅਕਸਰ ਇਹ ਕਿਹਾ ਜਾਂਦਾ ਵੀ ਗਾਇਕ ਦਾ ਉਨਾ ਕਸੂਰ ਨਹੀਂ ਜਿੰਨਾ ਗੀਤਕਾਰ ਦਾ, ਅਤੇ ਉਸ ਤੋਂ ਬਾਅਦ ਸਰੋਤੇ ਤਾਂ ਆਪਣਾ ਇਹ ਕਹਿ ਕੇ ਖਹਿੜਾ ਛੁਡਾ ਲੈਂਦੇ ਨੇ, ਸਾਨੂੰ ਤਾਂ ਪੇਸ਼ ਕੀਤਾ ਜਾਂਦਾ ਸੀ ਸੁਣ ਲਿਆ। ਨਹੀਂ, ਮੈਂ ਕਹਿੰਦਾ ਸਭ ਤੋਂ ਵੱਧ ਜ਼ਿੰਮੇਵਾਰ ਸੁਣਨ ਵਾਲੇ ਆ ਬਾਈ, ਜੇ ਕਿਸੇ ਨੂੰ ਕੋਈ ਮੇਰੀ ਇਸ ਗੱਲ ਦਾ ਇਤਰਾਜ਼ ਹੋਵੇ ਮੇਰੇ ਨਾਲ ਡਿਬੇਟ ਰੱਖ ਲਓ ਜਿੱਥੇ ਮਰਜ਼ੀ, ਮੈਂ ਜਵਾਨੀ ਗੀਤ ਦਿੱਤਾ, ਰਹਿੰਦੀ ਉਮਰ ਫਿਰੇਗਾ ਲੱਭਦਾ ਵੇ ਹੁਣ ਮੈਂ ਚੱਲੀ।
ਅੱਜ ਉਸੇ ਟਾਹਲੀ ਨਾਲ ਖੁਦਕੁਸ਼ੀ ਕਰ ਗਿਆ ਉਹ ਜੱਟ ਟਾਹਲੀ ਵਾਲੇ ਖੇਤ ਜਿੱਥੇ ਹੜ ਵਾਉਂਦਾ ਸੀ ਮੈਂ ਦਿੱਤਾ ਗਾਉਣ ਵਾਲਿਆ ਵੀਰਾਂ ਵੇ ਕੋਈ ਗੀਤ ਸੁਣਾ ਦੇ ਰੂਹ ਵਾਲਾ ਮੈਂ ਮੁੱਦੇ ਉਠਾਏ ਤੁਸੀਂ ਯੂਟਿਊਬ ਦੇ ਉੱਤੇ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਕਿਸੇ ਨੇ ਲੱਖ ਵਾਰ ਦੇਖਿਆ ਕਿਸੇ ਨੇ ਕੋਈ 20,000 ਦੇਖਿਆ ਕਿਸੇ ਨੇ 50,000 ਦੇਖਿਆ ਇੱਕ ਹੋਰ ਗੀਤ ਆਉਂਦਾ ਜਿਹੜਾ 10 ਦਿਨਾਂ 'ਚ 2 ਮਿਲੀਅਨ ਹੁੰਦਾ ਜਾਂ 4 ਮਿਲੀਅਨ ਹੁੰਦਾ ਹੈ ਨਾ ਬਿਲਕੁਲ ਤਾਂ ਇਹਦਾ ਮਤਲਬ ਲੋਕ ਪ੍ਰਵਾਨ ਨਹੀਂ ਕਰ ਰਹੇ ਫਿਰ ਦੂਜੇ ਦੇਖੋ ਡੀਜੇ 'ਤੇ ਗਾਣੇ ਉਹਨਾਂ ਕੋਲ ਆ ਤੀਜੀ ਗੱਲ ਹੋਰ ਦੱਸਦਾ ਅਸੀਂ ਗਾਉਣ ਵਾਲਿਆ ਵੀਰਾ ਗਾਣਾ ਕਰ ਲਿਆ ਦੀਪ ਸਿੱਧੂ ਜੀ ਜੀ ਮੇਰਾ ਮਿੱਤਰ ਹੈ ਉਹ ਵਧੀਆ ਪ੍ਰੋਗਰਾਮ ਸੀ ਉਹਦੇ ਕੋਲ ਜਿੱਦਾਂ ਮੇਲਿਆਂ ਦੇ ਜਾਂ ਹੋਰ ਜਗਰਾਤੇ ਵਗੈਰਾ ਚਲੋ ਜਿੱਦਾਂ ਜਿੱਦਾਂ ਦਾ ਵੀ ਕਿਉਂਕਿ ਅਸੀਂ ਤਾਂ ਕਲਾਕਾਰ ਹਾਂ ਯਾਰ ਸਾਨੂੰ ਜਿਹੜਾ ਵੀ ਲੈਜੂ ਲੈ ਅਸੀਂ ਕਿਸੇ ਧਰਮ ਦੇ ਨਹੀਂ ਬੱਝੇ ਮਨ ਦੇ ਜਿਹਨੂੰ ਮਰਜ਼ੀ ਪਰ ਸਰਬ ਸਾਂਝੇ ਹੁੰਦੇ ਆ ਗਾਣਾ ਥੋੜ੍ਹਾ ਜਿਹਾ ਹਾਈਲਾਈਟ ਹੋ ਗਿਆ ਲੋਕ ਉਹਨੂੰ ਲਿਜਾਣੋ ਹੀ ਹਟ ਗਏ ਹੁਣ ਤੁਸੀਂ ਇਹ ਗੱਲ ਦੱਸੋ ਵੀ 5 ਲੱਖ ਰੁਪਇਆ ਬੰਦੇ ਨੇ ਗਾਣੇ 'ਤੇ ਲਾਇਆ ਸੀ ਅਤੇ ਰਿਕਵਰੀ 5 ਰੁਪਈਆਂ ਦੀ ਨਹੀਂ ਇੱਦਾਂ ਨਹੀਂ ਨਾ ਫਿਰ ਚੱਲਦਾ ਕੰਮ ਜਿਹੜੇ ਭਾਈ ਸੱਭਿਆਚਾਰ ਦਾ ਜ਼ਿਆਦਾ ਰੌਲਾ ਪਾਉਂਦੇ ਆ ਉਹਨਾਂ 'ਚੋਂ ਇੱਕ ਬੰਦਾ ਬਾਂਹ ਖੜੀ ਕਰਕੇ ਮੈਨੂੰ ਕਹੇ ਵੀ ਦੀਪ ਸਿੱਧੂ ਨੂੰ ਸੱਦ ਕੇ ਜਾਂ ਮੈਨੂੰ ਸੱਦ ਕੇ ਕਿਸੇ ਨੇ 1100 ਰੁਪਇਆ ਦੇ ਕੇ ਨਾਲ ਜੇ ਲੋਈ ਨਾਲ ਵੀ ਸਨਮਾਨ ਕਰਕੇ ਤੋਰਿਆ ਹੋਵੇ ਮੈਂ ਦੇਣਦਾਰ ਬੈਠਾ ਗੱਲ ਕਰੇ ਮੇਰੇ ਨਾਲ ਕੀ ਹੁਣ ਕੀ ਫੈਸਲਾ ਤੁਹਾਡਾ ਤੁਸੀਂ ਇਹ ਆਪਣੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਗਾਣੇ ਦਿੱਤੇ ਹੈ ਨਾ ਇਹ ਜਿਹੜੇ ਨਾਲ ਜੁੜੇ ਹੋਏ ਸਾਡੇ ਸੱਭਿਆਚਾਰ ਦੇ ਸਾਡੇ ਵਿਰਸੇ ਦੀ ਗੱਲ ਕਰਦੇ ਸੀ ਖੁਦਕੁਸ਼ੀ ਦੀ ਗੱਲ ਕੀਤੀ ਮੈਂ ਕੁਦਰਤੀ ਚੀਜ਼ਾਂ ਉਹ ਮੇਰੀ ਰੂਹਦਾਰੀ ਦੀਆਂ ਚੀਜ਼ਾਂ ਮੈਂ ਉਹੀ ਕਰਦੇ ਰਹੋਗੇ ਜਾਂ ਤੁਸੀਂ ਫਿਰ ਮੈਂ ਨਾਲ ਦੀ ਨਾਲ ਕਰਦਾ ਰਹੂੰ ਵੀ ਕਮਰਸ਼ੀਅਲ ਹੋਣ ਦਾ ਕੋਈ ਮੈਂ ਨਹੀਂ ਮੈਂ ਕਮਰਸ਼ੀਅਲ ਅੱਜ ਦੀ ਡੇਟ ਮੈਂ ਫੁੱਲ ਕਮਰਸ਼ੀਅਲ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਗਾਣੇ ਆਉਣਗੇ ਹੋ ਸਕਦਾ ਲੋਕ ਮੇਰੇ 'ਤੇ ਵੀ ਉਂਗਲਾਂ ਦੇਖਣ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੱਚੀ ਨਹੀਂ ਕੋਈ ਫਰਕ ਪੈਂਦਾ ਪਰ ਮੈਂ ਜਿਹੜੀਆਂ ਚੰਗੀਆਂ ਚੀਜ਼ਾਂ ਨਾ ਮੈਂ ਨਾਲ ਦੀ ਨਾਲ ਲੈ ਕੇ ਆਉਂਦਾ ਰਹੂੰਗਾ ਕਿਉਂਕਿ ਮੈਂ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਆਹ ਚੀਜ਼ ਨਹੀਂ ਪ੍ਰਵਾਨ ਕਰ ਰਹੇ ਤਾਂ ਫਿਰ ਇਹਨੂੰ ਕਦੋਂ ਕਰ ਰਹੇ ਹੋ ਨਾ ਬਿਲਕੁਲ ਜੇ ਮੈਂ 4 ਗਾਣੇ ਜਾਂ ਤੁਸੀਂ ਜੈਲੀ ਦਾ ਗਾਣਾ ਸੁਣਿਆ ਡੀਸੀ ਨਾਲੋਂ ਵੱਧ ਕੇ ਕਮਾਊ ਤੇਰਾ ਪੁੱਤ ਬਾਪੂ ਹਾਲੇ ਤੱਕ ਮੇਰੇ 'ਤੇ ਬਾਬੇ ਦੀ ਇੰਨੀ ਕੁ ਰਹਿਮਤ ਆ ਵੀ ਹਾਲੇ ਤੱਕ ਉਂਗਲ ਨਹੀਂ ਉੱਠੀ ਕਦੇ ਅਤੇ ਮੈਨੂੰ ਲੱਗਦਾ ਨਹੀਂ ਮੈਂ ਉੱਠਣ ਵੀ ਦਊਂਗਾ ਕਿਉਂਕਿ ਜੇ ਕੋਈ ਉਠਾਊਗਾ ਵੀ ਤਾਂ ਮੈਂ ਹਰੇਕ ਮੈਂ ਜੋ ਲਿਖਦਾ ਜੋ ਬੋਲਦਾ ਹਰੇਕ ਚੀਜ਼ ਲਈ ਜਵਾਬ ਦੇ ਹਾਂ ਜਿੱਥੇ ਮਰਜ਼ੀ ਪੁੱਛ ਲਿਓ ਜਦੋਂ ਮਰਜ਼ੀ ਪੁੱਛ ਲਿਓ ਅੱਛਾ ਗੀਤਕਾਰੀ ਹੈ ਜਿਹੜੀ ਤੁਹਾਡੀ ਹੁਣ ਤੁਸੀਂ ਪਿੰਡ ਛੱਡ ਚੰਡੀਗੜ੍ਹ ਵੀ ਆ ਗਏ ਅਤੇ ਇੱਥੋਂ ਦੇ ਰਹਿਣ ਬਸੇਰੇ ਜਿਵੇਂ ਕਹਿੰਦੇ ਆ ਪਿੰਡਾਂ ਨਾਲੋਂ ਤਾਂ ਬਹੁਤ ਫਰਕ ਆ ਰਹਿਣ ਸਹਿਣ ਦਾ ਸਰ ਪੱਖ ਤੋਂ ਹੀ ਆਰਥਿਕ ਤੌਰ 'ਤੇ ਵੀ ਮਹਿੰਗਾਈ ਆ ਹੈ ਨਾ ਅਤੇ ਗੀਤਾਂ ਦਾ ਕੋਈ ਹੁਣ ਮਿਹਨਤਾਨਾ ਤੁਸੀਂ ਵਧੀਆ ਲੈ ਰਹੇ ਹੋ ਆਪਣੀ ਮਰਜ਼ੀ ਮੁਤਾਬਕ ਜਾਂ ਫਿਰ ਹਾਲੇ ਸਟਰਗਲ ਹੈ ਨਹੀਂ ਹੈ ਸਟਰਗਲ ਹੈ ਹਰੇਕ ਬੰਦਾ ਮੈਨੂੰ ਲੱਗਦਾ ਸਟਰਗਲ 'ਚ ਜਾਂਦਾ ਸਟਰਗਲ 'ਚ ਮਰਦਾ ਜਿਹਨੇ ਹਮੇਸ਼ਾ ਤਰੱਕੀ ਬਾਰੇ ਸੋਚਣਾ ਉਹ ਸਟਰਗਲ ਹੀ ਕਰਦਾ ਮਿਹਨਤਾਨਾ ਮੈਂ ਲੈ ਰਿਹਾ ਉਹ ਜਿੱਦਾਂ ਕੋਈ ਬੰਦਾ ਦੇਖ ਕੇ ਚੱਲਦਾ ਇੱਥੇ ਗੀਤਾਂ ਦੇ ਕੋਈ ਰੇਟ ਨਹੀਂ ਹੁੰਦੇ ਜਾਂ ਕੋਈ ਲੱਖ ਜਾਂ 2 ਲੱਖ ਤਾਂ ਸਮੇਂ ਦੀ ਹਿਸਾਬ ਕਿਤਾਬ ਆ ਵੀ ਮੌਕੇ ਮੌਕਾ ਦੇਖ ਲੈਂਦੇ ਉਹ ਜਿੱਦਾਂ ਦਾ ਵੀ ਹੁੰਦਾ ਬੰਦਾ ਉੱਦਾਂ ਦੇਖ ਲਈ ਜੇ ਵਧੀਆ ਬਜਟ ਆ ਉੱਦਾਂ ਦਾ ਕੰਮ ਕਰ ਲਈਦਾ ਜਿੱਦਾਂ ਹਿਸਾਬ ਦਾ ਬਜਟ ਆ ਉੱਦਾਂ ਦਾ ਕੰਮ ਕਰ ਪਰ ਹੁਣ ਮੈਂ ਫੁੱਲ ਕਮਰਸ਼ੀਅਲ ਬੰਦਾ ਸਰਬਜੀਤ ਵੀਰੇ ਤੁਹਾਡੀ ਇੰਡਸਟਰੀ ਦੀ ਆਪਾਂ ਜੇ ਥੋੜ੍ਹੀ ਗੱਲ ਕਰੀਏ ਇੰਡਸਟਰੀ ਦੇ ਵਿੱਚ ਕਿਹੋ ਜਿਹਾ ਮਾਹੌਲ ਅੱਜ ਦੇ ਟਾਈਮ ਕੀ ਸਮਝਦੇ ਹੋ ਵਧੀਆ ਮਾਹੌਲ ਆ ਘੈਂਟਾ ਮਾਹੌਲ ਵਧੀਆ ਵੀਰੇ ਇੰਡਸਟਰੀ ਪੈਰਾਂ ਸਿਰ ਹੈ ਚੱਲੀ ਜਾਂਦੇ ਕੰਮ ਕਰ ਬਿਜ਼ਨਸ ਹੈ ਯਾਰ ਹੈ ਨਾ ਵਪਾਰ ਹੈ ਠੀਕ ਚੱਲ ਰਿਹਾ ਬਾਕੀ ਦੁਕਾਨਾਂ ਸਾਰੀ ਖੋਲ੍ਹਦੇ ਆਪਦੀਆਂ ਕਿਸੇ ਚੱਲਦੀ ਹੈ ਕਿਸੇ ਦੀ ਨਹੀਂ ਚੱਲਦੀ ਇੱਕ ਟਾਈਮ ਸੀ ਜਦੋਂ ਗਾਇਕਾਂ ਦੇ ਅਖਾੜੇ ਲੁਧਿਆਣੇ ਤੋਂ ਜੰਮਿਆ ਕਰਦੇ ਸੀ ਜਾਂ ਬਠਿੰਡੇ ਅਤੇ ਪਰ ਅੱਜ ਮੋਹਾਲੀ ਦੇ ਵਿੱਚ ਜਿਹੜੀ ਪੰਜਾਬ ਦੀ ਨਵੀਂ ਜਨਰੇਸ਼ਨ ਆ ਇਹ ਨਵੇਂ ਗਾਇਕ ਨੇ ਹੈ ਨਾ ਅਗਲੀ ਪੀੜ੍ਹੀ ਹੈ ਜਿਹੜੀ ਇੱਥੇ ਇਕੱਠੇ ਹੋਏ ਨੇ ਕੋਈ ਖਾਸ ਕਾਰਨ ਇਹਦਾ ਕਾਰਨ ਇਹ ਹੈ ਅਸਲ ਦੇ ਵਿੱਚ ਨਾ ਬਿੱਟੂ ਜਿੰਨਾ ਏ ਕਲਾਸ ਕੰਮ ਹੋਣ ਲੱਗ ਗਿਆ ਤਾਂ ਸਾਰਾ ਚੰਡੀਗੜ੍ਹ ਮੋਹਾਲੀ ਆ ਗਿਆ ਜਿੱਦਾਂ ਇਸ ਤੋਂ ਗਾਂ ਫਿਰ ਬੰਬੇ ਆ ਜੀ ਜੀ ਪੰਜਾਬ ਲੈਵਲ ਦਾ ਦੀ ਹੱਬ ਬਣ ਗਈ ਚੰਡੀਗੜ੍ਹ ਮੋਹਾਲੀ ਇੱਥੇ ਸਾਰੇ ਮਿਊਜ਼ਿਕ ਡਾਇਰੈਕਟਰ ਵਧੀਆ ਬੈਠੇ ਆ ਲਿਖਣ ਵਾਲੇ ਵਧੀਆ ਬੈਠੇ ਆ ਵੀਡੀਓ ਡਾਇਰੈਕਟਰ ਵਧੀਆ ਬੈਠੇ ਕੰਪਨੀਆਂ ਵਧੀਆ ਬੈਠੀਆਂ ਹੈ ਨਾ ਸੋ ਕੁੱਲ ਮਿਲਾ ਕੇ ਠੀਕ ਆ ਕੰਮ ਫਿਰ ਜੇ ਕਿਸੇ ਨੇ ਤੁਸੀਂ ਏ ਕਲਾਸ ਕੰਮ ਕਰਨਾ ਹੁਣ ਮੰਨ ਲਾ ਤੂੰ ਬਠਿੰਡੇ ਤੋਂ ਆਉਣਾ ਹੋਵੇ ਡੇਲੀ ਜਾਂ ਮਹੀਨੇ ਤੋਂ 4 ਗਾਣੇ ਗੇੜੇ ਵੀ ਲਾਉਣੇ ਪੈਣ ਤੇਰਾ ਉਨਾ ਖਰਚਾ ਆ ਜਾਣਾ ਫਿਰ ਬੰਦਾ ਕਹਿੰਦਾ ਫਲੈਟ ਹੀ ਲੈ ਲਓ ਸਹੀ ਗੱਲ 15-20 ਹਜ਼ਾਰ ਖਰਚਾ ਕਰਨ ਵਾਲਾ ਫਿਰ ਨੇੜੇ ਰਹਿ ਕੇ ਕੰਮ ਹੋ ਜਾਂਦਾ ਇੱਕ ਵਾਰ ਤੁਸੀਂ ਗੱਲ ਕੀਤੀ ਸੀ ਬਲੈਤ ਗਈ ਸਹੇਲੀ ਅਤੇ ਗੁਆਚਿਆ ਮੋਬਾਈਲ ਕਿਸੇ ਦੇ ਹੀ ਮਿਲਦੇ ਬੜਾ ਵਧੀਆ ਆਈਡੀਆ ਬਾਈ ਤੁਹਾਡਾ ਉਹ ਆਈਡੀਆ ਕਿਵੇਂ ਆਇਆ ਸੀ ਦਿਮਾਗ ਦੇ ਵਿੱਚ ਮੈਂ ਨਾ ਫੇਸਬੁੱਕ 'ਤੇ ਸਟੇਟਸ ਪਾਤਾ ਮੈਂ ਪਾਇਆ ਸੀਗਾ ਵੀ ਗੁਆਚਿਆ ਮੋਬਾਈਲ 'ਤੇ ਬਲੈਤ ਗਈ ਸਹੇਲੀ ਕਿਸੇ ਦੇ ਹੀ ਮੁੜਦੇ ਆ ਯਾਰ ਉਹ ਮੀਟਰ 'ਚ ਨਹੀਂ ਸੀ ਊਂ ਹੀ ਗੱਲ ਲਿਖਤੀ ਇੱਕ ਅੱਛਾ ਪਹਿਲਾਂ ਗੀਤ ਦਾ ਕੋਈ ਇਰਾਦਾ ਨਾ ਕੁਛ ਨਹੀਂ ਸੀ ਮੇਰੇ ਮਾਇੰਡ 'ਚ ਮੈਂ ਪਾਤਾ ਉਹ ਲੋਕਾਂ ਨੂੰ ਚੰਗੀ ਲੱਗੀ ਹੋਣੀ ਆ ਉਹਨਾਂ ਨੇ ਜਗ ਕੇ ਫੇਸਬੁੱਕ 'ਤੇ ਉਹਦੀਆਂ ਫੋਟੋਆਂ ਬਣਾ ਪਾਈਆਂ ਅੱਛਾ ਮੈਂ ਇੱਕ ਦਿਨ ਦੇਖਿਆ ਮੈਂ ਕਿਹਾ ਯਾਰ ਬੜਾ ਵਾਇਰਲ ਹੋ ਰਿਹਾ ਮੈਂ ਗਾਣਾ ਵਧੀਆ ਬਣ ਸਕਦਾ ਗੱਲ ਸੋਹਣੀ ਹੈ ਕਿਉਂਕਿ ਅਸੀਂ ਵੀ ਗੱਲਾਂ 'ਚੋਂ ਗੀਤ ਕੱਢਣੇ ਹੁੰਦੇ ਹੈ ਨਾ ਅਤੇ
ਮੈਂ ਚੱਕ ਕੇ ਮੀਟਰ 'ਚ ਲਿਆਂਦਾ ਗਾਣਾ ਲਿਖ ਲਿਆ। ਫਿਰ ਮੈਂ ਹੌਲੀ ਹੌਲੀ ਜਦੋਂ ਉਹ ਜਦੋਂ ਪੈਟਰਨ ਬਣ ਜਾਂਦਾ ਇੱਕ ਚੀਜ਼ ਦਾ, ਫਿਰ ਮੈਂ ਸੋਚਿਆ ਵੀ ਇਹ 'ਚ ਨਵੇਂ ਜ਼ਮਾਨੇ ਦੇ ਲੋਕ ਤੱਥ ਲਿਖਦੇ ਹਨ, ਜਿਹੜੇ ਹੁਣ ਦੀਆਂ ਗੱਲਾਂ, ਹੁਣ ਦੀ ਜਨਰੇਸ਼ਨ ਦੀਆਂ ਗੱਲਾਂ ਹੋਣਗੀਆਂ ਨਵੀਆਂ ਨਵੀਆਂ, ਹੈ ਨਾ। ਫਿਰ ਉੱਥੇ ਥੋੜ੍ਹਾ ਵਰਕ ਕੀਤਾ, ਉਹ ਗਾਣਾ ਘੈਂਟ ਬਣ ਗਿਆ, ਉਹਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ। ਗੁਰਕਿਰਪਾਲ ਸੂਰਾਪੁਰੀ ਬਾਈ ਉਹਨਾਂ ਨੇ ਗਾਇਆ ਤੁਹਾਡਾ ਇਹ ਗਾਣਾ, ਉਹਨਾਂ ਤੱਕ ਫਿਰ ਕਿਵੇਂ ਪਹੁੰਚ ਕੀਤੀ? ਬਾਈ ਨਾਲ ਮੇਰੀ ਸਾਂਝ ਸੀ ਪੁਰਾਣੀ, ਮੇਰਾ ਗਾਣਾ ਬਾਈ ਨੇ 2012 'ਚ ਗਾਇਆ ਸੀਗਾ, ਮਿੱਤਰਾਂ ਨੂੰ ਹੋਰ ਵੀ ਕਈ ਉਹਨੇ ਔਫਰਾਂ ਫੇਰਨਾ ਕਹੀ ਨਹੀਂ, ਮੈਨੂੰ ਦੱਸਿਆ ਹੀ ਨਹੀਂ। ਅਤੇ ਦੂਜੇ ਐਲਬਮ ਦੇ ਵਿੱਚ 3 ਗਾਣੇ ਸੀਗੇ ਮੇਰੇ, ਜਿਹੜੀ ਸੁਪਨੇ, ਜਿਹਦੇ ਵਿੱਚ ਗੁਆਚਿਆ ਮੋਬਾਈਲ ਗਾਣਾ ਸੀ, ਤਾਂ ਡਿਸਕਸ ਹੁੰਦੀ ਰਹਿੰਦੀ ਤਕਰੀਬਨ, ਹੁਣ ਵੀ ਸਾਡੀ ਹੁੰਦੀ ਰਹਿੰਦੀ ਆ, ਬਾਈ ਨਾਲ ਪਿਆਰ ਆਪਣਾ ਵੱਡਾ ਵੀਰ ਹੈ। ਅਤੇ ਉਹ ਬਾਈ ਕਹਿੰਦਾ ਯਾਰ ਆਪਾਂ ਕੁਛ ਹੋਰ ਦੇਖੀਏ, ਕੁਛ ਡਿਫਰੈਂਟ ਹੋ ਜਾਏ ਯਾਰ। ਅਤੇ ਬਾਈ ਦੀ ਇਮੇਜ ਇੱਕ ਬਹੁਤ ਸਾਫ਼ ਸੁਥਰੀ ਆ, ਤਾਂ ਸ਼ਾਇਦ ਮੈਨੂੰ ਲੱਗਦਾ ਸੀ ਕਿਤੇ ਨਾ ਕਿਤੇ ਵੀ ਇੱਕ ਬਾਈ ਨੂੰ ਗੁਆਚਿਆ ਮੋਬਾਈਲ ਤਾਂ ਠੀਕ ਸੀ, ਸਹੇਲੀ ਸ਼ਬਦ ਕਹਿਣਾ ਔਖਾ ਲੱਗੂਗਾ, ਮੈਂ ਤਾਂ ਹੀ ਨਹੀਂ ਸੁਣਾਇਆ ਸੀ ਪਹਿਲਾਂ ਵੀ। ਬਾਈ ਕਹਿੰਦਾ ਸੁਣਾ, ਮੈਂ ਕਿਹਾ ਬਾਈ ਥੋੜ੍ਹਾ ਜਿਹਾ ਟੇਢਾ ਜਿਹਾ ਲੱਗਦਾ ਆਈਡੀਆ ਤੇਰੇ ਲਈ, ਚੱਲ ਸੁਣਾ ਦਿੰਦਾ। ਬਾਈ ਨੇ ਵੀ, ਅਸੀਂ ਵਿਚਾਰ ਵੀ ਕੀਤੀ, ਬਾਈ ਨੇ ਵੀ ਕਿਹਾ ਯਾਰ, ਕਹਿੰਦਾ ਸਿੱਧੂ ਮੈਨੂੰ ਥੋੜ੍ਹਾ ਜਿਹਾ ਔਖਾ ਲੱਗਦਾ। ਮੈਂ ਕਿਹਾ ਯਾਰ ਇਹ ਤਾਂ ਫਿਰ ਹੁਣ ਤਾਂ ਸ਼ਬਦ ਤਾਂ ਇਹੀ ਆਊਗਾ ਯਾਰ, ਹੋਰ ਨਹੀਂ ਹੋ ਸਕਦਾ। ਅਤੇ ਚਲ ਫਿਰ ਉਹ ਬਾਈ ਨੇ ਟੀਮ ਨਾਲ ਸਲਾਹ ਕੀਤੀ ਸਾਰੀ, ਨਾਲ ਮਿਊਜ਼ਿਕ ਡਾਇਰੈਕਟਰ ਨਾਲ, ਵੀਡੀਓ ਡਾਇਰੈਕਟਰ ਨਾਲ, ਫਿਰ ਉਹਨਾਂ ਨੇ ਵੀ ਪਾਸ ਕਰਤਾ, ਫਿਰ ਗਾਣਾ ਪਾਸ ਹੋਇਆ, ਫਿਰ ਜਨਤਾ ਨੇ ਵੀ ਪਾਸ ਕਰਤਾ, ਲੋਕਾਂ ਨੇ ਪਾਸ ਕੀਤਾ, ਸਭ ਤੋਂ ਵੱਡੀ ਗੱਲ ਹੈ। ਗੁਰਜਾਨ ਉਹਨਾਂ ਨੇ ਗਾਇਆ ਤੁਹਾਨੂੰ ਜੱਟੀ ਵਰਗਾ ਸੁਭਾਅ, ਅਤੇ ਉਹਦੇ 'ਚ ਕਿਹੜੀ ਜੱਟੀ ਦੀ ਗੱਲ ਕੀਤੀ ਹੈ ਤੁਸੀਂ? ਉਹ ਜੀ ਕਾਮ ਕੁੜੀ ਹੈ ਜਿਹੜੀ ਆਪਣੀ ਮਾਂ ਨੂੰ ਕਹਿੰਦੀ ਹੈ ਵੀ ਉਹ ਘਰ ਗੱਲਾਂ ਚੱਲਦੀਆਂ ਨਾ ਵਿਆਹ ਦੀਆਂ, ਵੀ ਤੇਰਾ ਵਿਆਹ ਕਰ ਦੇਣਾ, ਤਾਂ ਉਹ ਫਿਰ ਕਹਿੰਦੀ ਕਹਿੰਦੀ ਵੀ ਬੇਬੇ ਮੈਨੂੰ ਜਿਹੇ ਜਿਹਾ ਜਿਹੜਾ ਮੁੰਡਾ ਲੱਭ ਕੇ ਦੇਣਾ, ਉਹਦਾ ਸੁਭਾਅ ਮੇਰੇ ਵਰਗਾ ਹੋਵੇ, ਬਸ ਉਹਦੀ ਡਿਮਾਂਡ ਆ ਛੋਟੀ ਜੀ, ਹੋਰ ਕੁਛ ਨਹੀਂ ਉਹਦੇ ਵਿੱਚ। ਇੱਕ ਮਾਂ ਨਾਲ ਗੱਲਾਂ ਕਰਦੀ ਹੈ ਧੀ ਵੀ ਲੱਭਦੇ ਨਹੀਂ ਮੈਂ ਕੋਈ ਇਹੋ ਜਿਹਾ ਮੁੰਡਾ ਜਿਹਦਾ ਹੋਵੇ ਜੱਟੀ ਵਰਗਾ ਸੁਭਾਅ, ਵੀ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ, ਮੇਰੇ ਵਰਗਾ ਸੁਭਾਅ ਹੋਵੇ, ਰੰਗ ਪੌੜੀ ਜਿਹਾ ਨਾ ਹੋਵੇ, ਜਿਵੇਂ ਕੁੜੀਆਂ ਦੇ ਸੁਪਨੇ ਹੁੰਦੇ ਨਾ ਵੀ ਮੇਰਾ ਹਸਬੈਂਡ ਕਿੱਦਾਂ ਦਾ ਹੋਵੇ, ਜਿਹਦੇ ਨਾਲ ਮੇਰਾ ਲਾਈਫ ਪਾਰਟਨਰ ਕਿੱਦਾਂ ਦਾ ਹੋਵੇ, ਤਾਂ ਉਹ ਉੱਦਾਂ ਦੀ ਗੱਲ ਕੀਤੀ। ਭਾਈ ਗਾਣਾ ਦੇਣ ਤੋਂ ਪਹਿਲਾਂ ਤੁਹਾਡੀ ਕੀ ਡਿਮਾਂਡ ਹੁੰਦੀ ਹੈ ਵੀ ਗਾਇਕ ਤੁਹਾਡੀ ਪਸੰਦ ਦਾ ਹੋਣਾ ਚਾਹੀਦਾ, ਜਾਂ ਤੁਸੀਂ ਇਹ ਚੀਜ਼ ਨੂੰ ਤੁਹਾਡੇ ਕੋਲ ਗਾਇਕ ਖੁਦ ਚੁਣ ਕੇ ਲੈ ਜਾਂਦਾ ਤੁਹਾਡਾ ਗਾਣਾ? ਇੱਦਾਂ ਵੀ ਹੋ ਜਾਂਦਾ ਵੀ ਕਈ ਵਾਰੀ ਬੰਦੇ ਦੀ ਵੋਕਲ ਦੇਖ ਲਈ ਦੀ ਹੈ ਨਾ ਜੀ, ਬਹੁਤੀ ਵਾਰ ਤਾਂ ਇਹੀ ਹੁੰਦਾ ਵੀ ਜਿੱਦਾਂ ਦੀ, ਕਿਉਂਕਿ ਬਾਬੇ ਦੀ ਇੰਨੀ ਕੁ ਆਇਆ ਵੀ ਫੋਨ ਆਉਂਦਾ ਹੈ ਨਾ ਵੀ ਯਾਰ ਸਿੱਧੂ ਗਾਣਾ ਕਰਨਾ, ਪੁੱਛ ਲਿਆ ਬਾਈ ਕਿੱਦਾਂ ਦਾ ਫਲੇਵਰ ਕਰਨਾ ਨਾ, ਤਾਂ ਉਹਦੀ ਵੋਕਲ ਦੇ ਹਿਸਾਬ ਨਾਲ ਉਹਨੂੰ ਗਾਣੇ ਸੁਣਾ ਦਈਦੇ ਆ। ਬਾਕੀ ਕਈ ਆਲਰਾਊਂਡਰ ਹੁੰਦੇ ਆ ਜਿੱਦਾਂ ਜੈਲੀ ਬਾਈ ਆਲਰਾਊਂਡਰ ਹੈ, ਜੋ ਇਹੋ ਜਿਹਾ ਮਰਜ਼ੀ ਗਵਾ ਲਓ, ਇੱਕ ਕਈ ਬੰਦਿਆਂ ਦੀ ਅਲੱਗ ਅਲੱਗ ਵਾਇਸ ਹੁੰਦੀ ਨਾ, ਕਿਸੇ ਦੀ ਸਵੀਟ ਵਾਇਸ ਆ, ਕਿਸੇ ਦੀ ਖੜਮੀ ਵਾਇਸ ਆ, ਉੱਦਾਂ ਉੱਦਾਂ ਦੇ ਗਾਣੇ ਹੈ ਨਾ, ਉਹ ਇੱਦਾਂ ਚੱਲਦਾ ਜੀ ਜੀ। ਸਿੱਧੂ ਸਾਹਿਬ, ਤੁਹਾਡੇ ਹੁਣ ਤੱਕ ਦੇ ਜਿਹੜੇ ਗਾਣਿਆਂ ਦੀ ਆਪਾਂ ਗੱਲ ਕੀਤੀ, ਇੰਡਸਟਰੀ ਬਾਰੇ ਵੀ ਗੱਲ ਕਰੀ, ਅਤੇ ਤੁਹਾਨੂੰ ਤੁਸੀਂ ਬੜੇ ਬਖੂਬੀ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ, ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਟ ਨੇ, ਕੀ ਸੋਚਿਆ ਹੁਣ, ਕੀ ਲੀਕ ਰਹੇ ਹੋ? ਆਉਣ ਵਾਲੇ ਗਾਣੇ ਮੇਰੇ ਵਧੀਆ ਆ ਰਹੇ, ਕਾਫੀ ਸਾਰੇ ਵਧੀਆ ਸਿੰਗਰਾਂ ਨਾਲ, ਵਧੀਆ ਗਵਾਈਆਂ ਨਾਲ। ਗੁਰਜਾਨ ਹੈ ਜਿਹਦਾ ਸਭ ਤੋਂ ਪਹਿਲਾਂ ਲੇਟੈਸਟ ਗਾਣਾ ਆ 2-4 ਦਿਨਾਂ ਦੇ ਵਿੱਚ, ਗੁਰਸ਼ਬਦ ਉਹਨਾਂ ਦੇ ਨਾਲ ਵੀ ਤੁਹਾਡੇ ਕੁਛ, ਗੁਰਸ਼ਬਦ ਨਾਲ ਮੇਰੇ ਹਾਂ 2 ਗਾਣੇ ਨਵੇਂ ਗੁਰਸ਼ਬਦ ਨਾਲ ਆ ਰਹੇ ਆ, ਗੁਰਜਾਨ ਹੈ ਮੁੰਡਾ, ਇੱਕ ਕੁੜੀ ਆਪਣੇ ਨਾਲ ਕੰਮ ਕਰਦੀ ਰੂਪ ਜੈਲਦਾਰਨੀ, ਜੈਲੀ ਨਾਲ ਆ ਰਹੇ ਆ, ਅਤੇ ਹੋਰ ਕਾਫੀ ਨਵੇਂ ਮੁੰਡੇ ਆ ਨਾ। ਦੁਗਾਣੇ ਵੀ ਹੋਣਗੇ ਇਹਨਾਂ ਦੇ ਵਿੱਚ? ਉਹਨਾਂ 'ਚ ਹਾਂ ਦੁਗਾਣੇ ਵੀ, ਜਸਪ੍ਰੀਤ ਬਰਾੜ ਨਾਲ ਜਿਹਦੇ ਨਾਲ ਪਹਿਲਾਂ ਮੈਂ ਕੌਣ ਬਣੂਗਾ ਕਰੋੜਪਤੀ ਕੀਤਾ ਸੀ, ਉਹਦਾ ਗਾਣਾ ਕਰ ਰਹੇ ਹਾਂ, ਇੱਕ ਦੁਗਾਣਾ ਲੈ ਕੇ ਆਵਾਂਗੇ, ਅਤੇ ਬਾਕੀ ਹੋਰ ਕਾਫੀ ਸਾਰੇ ਨਵੇਂ ਮੁੰਡੇ ਆ ਨਾ। ਅੱਧੇ ਇੱਦਾਂ ਨਾ, ਅੱਧੇ ਤਾਂ ਨਹੀਂ ਦੱਸੀਦੇ ਵੀ ਲੋਕਾਂ ਨੂੰ ਸਰਪ੍ਰਾਈਜ਼ ਵੀ ਦੇਣੇ ਹੁੰਦੇ ਆ, ਜੇ ਸਾਰੀਆਂ ਖੁਸ਼ਖਬਰੀਆਂ ਇੱਕੋ ਦਾ ਨਹੀਂ ਦੱਸਦੀ ਫਿਰ ਆਪਣੇ ਕੋਲ ਕੀ ਭਾਜਦਾ, ਬਿਲਕੁਲ ਹੈ ਨਾ, ਤਾਸ਼ ਦੇ ਪੱਤਿਆਂ ਰੱਖਣੇ ਪਏ ਲੋਕ। ਸੋ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ newsnumber.com 'ਤੇ ਰੰਗ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦੇ ਰੂਬਰੂ ਹੋਏ। ਤੁਸੀਂ ਦਰਸ਼ਕਾਂ ਦੀ ਝੋਲੀ ਦੇ ਵਿੱਚ ਕੌਣ ਬਣੇਗਾ ਕਰੋੜਪਤੀ ਪਾਇਆ ਸੀ, ਅਸੀਂ ਚਾਹਾਂਗੇ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਤੁਸੀਂ ਕਈ ਕਰੋੜਾਂ ਪਤੀ ਬਣੋ, ਅਤੇ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਡਟੇ ਰਹੋ। ਸੋ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ, newsnumber.com ਦੀ ਸਾਰੀ ਟੀਮ, ਪ੍ਰੋਗਰਾਮ ਰੰਗ ਪੰਜਾਬ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਅਤੇ ਮੈਨੂੰ ਦੇਖਣ ਵਾਲੇ ਚਾਹੁਣ ਵਾਲਿਆਂ ਦਾ ਕਰੋੜ ਵਾਰ ਸ਼ੁਕਰੀਆ, ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ, ਨਵੇਂ ਨਵੇਂ ਗਾਣੇ, ਵਧੀਆ ਗਾਣੇ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦਾ ਰਹੂੰਗਾ, ਬਸ ਮੁਹੱਬਤਾਂ ਬਰਕਰਾਰ ਰੱਖੋ, ਜਿਉਂਦੇ ਰਹੋ। ਸੋ ਦੋਸਤੋ, ਇਹ ਸਨ ਸਿੱਧੂ ਸਰਬਜੀਤ ਬਾਈ ਹੋਰਾਂ ਦੇ ਨਾਲ ਅੱਜ ਕੀਤੀਆਂ ਆਪਾਂ ਗੱਲਾਂ ਬਾਤਾਂ। ਅਗਲੀ ਵਾਰੀ ਦੋਸਤੋ ਫਿਰ ਹੋਵਾਂਗੇ ਹਾਜ਼ਰ ਕਿਸੇ ਨਵੇਂ ਫਨਕਾਰ, ਕਲਾਕਾਰ ਨੂੰ, ਗੀਤਕਾਰ ਨੂੰ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ ਬਿੱਟੂ ਚੱਕ ਵਾਲੇ ਨੂੰ, ਰੱਬ ਰਾਖਾ।